ਜਿੰਨੀ ਕੁ ਮੇਰੇ 'ਚ ਤਾਕਤ ਸੀ, ਜੋ ਮੈਂ ਕਰ ਸਕਦਾ ਸੀ ਮੈਂ ਆਪਣੇ ਦਿਲੋਂ ਜਾਨ ਨਾਲ ਕਰ ਰਿਹਾ। ਮੈਨੂੰ ਲੱਗਦਾ ਹੈ ਕਿ ਮੇਰੇ ਵਰਗੇ ਇਨਸਾਨ ਵਾਸਤੇ, ਜਿਹਨੇ ਕਿੰਨੇ ਸਾਲ ਮੈਂ ਔਰਗਨਾਈਜੇਸ਼ਨ 'ਚ ਕੰਮ ਕੀਤੇ, ਐਨ ਜੀ ਓ 'ਚ ਕੰਮ ਕੀਤਾ, ਸੋਸ਼ਲ ਮੂਵਮੈਂਟ 'ਚ ਕੰਮ ਕੀਤਾ, ਮੈਂ ਕਦੇ ਕਿਸੇ ਪਾਰਟੀ ਦੇ ਯੂਥ ਵਿੰਗ 'ਚ ਕੰਮ ਨਹੀਂ ਕੀਤਾ, ਮੈਂ ਕੋਈ ਨਾਰੇ ਲਾ ਕੇ ਬੈਰੀਗੇਡ ਧੱਕੇ ਮਾਰਨ ਵਾਲਿਆਂ 'ਚ ਨਹੀਂ ਸੀ, ਮੈਂ ਉਹ ਵਾਲਾ ਬੰਦਾ ਹੀ ਨਹੀਂ ਹੈਗਾ। ਮੈਂ ਇਸ ਲਈ ਕੰਮ ਕੀਤਾ ਕਿ ਮੈਂ ਮਸਲੇ ਸਮਝਾਂ, ਉਹਨਾਂ ਦੇ ਹੱਲ ਸਮਝਾਂ। ਪੜ੍ਹਾਈ ਕੀਤੀ, ਪੰਜਾਬ ਦੇ ਮਸਲੇ, ਦੇਸ਼ ਦੇ ਮਸਲੇ ਸਮਝਣ ਵਾਸਤੇ ਕੀਤੀ, ਉਹਨਾਂ ਦੇ ਹੱਲ ਕੱਢਣ ਵਾਸਤੇ ਕੀਤੀ। ਸੋ ਮੈਂ ਜੋ ਜੋ ਕਰਨ ਦੀ ਕੋਸ਼ਿਸ਼ ਕੀਤੀ, ਜੋ ਮੈਂ ਪਿਛਲੇ 4-5 ਸਾਲ 'ਚ ਕੰਮ ਕੀਤਾ, ਦਿਨ ਰਾਤ ਇੱਕ ਕਰਕੇ ਕੰਮ ਕੀਤਾ, ਅਤੇ ਮੈਂ ਤਾਂ ਹੁਣ ਹੋਰ ਜ਼ਿਆਦਾ ਖੁਸ਼ ਹਾਂ ਕਿ ਮੈਨੂੰ ਹੋਰ ਟਾਈਮ ਮਿਲਿਆ, ਕਿ ਲੋਕਾਂ ਜਾਵਾਂਗਾ, ਉਹ ਕੰਮ ਕਰਾਂਗਾ, ਉਹਨਾਂ ਦੇ ਮਸਲੇ ਹੋਰ ਸਮਝਾਂਗਾ, ਉਹਦੇ ਹੱਲ ਸਮਝਾਂਗਾ, ਸਰਕਾਰ ਨੂੰ ਜ਼ਿੰਮੇਵਾਰ ਠਹਿਰਾਵਾਂਗਾ, ਸਰਕਾਰ ਤੋਂ ਸਵਾਲ ਪੁੱਛਾਂਗੇ, ਸਰਕਾਰ ਨੂੰ ਕਹਾਂਗੇ ਕਰੋ ਜੀ, ਜੇ ਨਹੀਂ ਹੁੰਦਾ ਅਸੀਂ ਦੱਸ ਦਿੰਦੇ ਹਾਂ ਐਂ ਕਰ ਲਓ ਜੀ। ਲੋਕਾਂ ਨੂੰ ਕਹਾਂਗੇ ਵੀ ਆਪਣੇ ਜਿਹੜੇ ਤੁਸੀਂ ਕਹਿੰਦੇ ਸੀ ਵੀ ਇਹ ਸਾਰੇ ਹੱਲ ਹੋ ਜਾਣੇ, ਆਪਾਂ ਦੇਖਦੇ ਹਾਂ ਕਿੰਨੇ ਕੁ ਦਿਨ ਲੱਗਦੇ। ਚਲੋ ਕਹਿੰਦੇ ਆ ਕਿ ਪੰਜਾਬ 'ਚ ਇਨਵੈਸਟਮੈਂਟ ਲਿਆਓ, ਇਨਵੈਸਟਮੈਂਟ ਲਿਆਓ, ਮੈਂ ਤਾਂ ਸੋਚਦਾ ਜਿਹੜਾ ਪੰਜਾਬ ਛੱਡ ਕੇ ਇੰਡਸਟਰੀ ਭੱਜ ਰਿਹਾ, ਪਹਿਲਾਂ ਉਹ ਨਹੀਂ ਪੁੱਛ ਲਓ ਵੀ ਤੂੰ ਨਾ ਜਾ, ਤੇਰਾ ਕੀ ਕਰ ਲਈਏ। ਉਹ ਜਦੋਂ ਆਪਾਂ ਹੱਕ ਦੇ ਪਾਵਾਂਗੇ ਤਾਂ ਤਾਂ ਆਪਾਂ ਕਹਿੰਦੇ ਕਿ ਰਾਜਨੀਤੀ ਕਾਮਯਾਬ ਹੈ, ਅਤੇ ਉਹ ਸਭ ਕੁਝ ਕਰਨ ਵਾਸਤੇ ਸਫ਼ਰ ਹੈ। ਜਿਹੜਾ ਤਾਕਤ 'ਚ ਉਹਦੇ ਵਾਸਤੇ ਬੜਾ ਲੰਬਾ ਸਫ਼ਰ ਹੈ, ਜਿਹੜਾ ਤਾਕਤ 'ਚ ਨਹੀਂ ਉਹਦੇ ਵਾਸਤੇ ਵੀ ਲੰਬਾ ਸਫ਼ਰ। ਅਤੇ ਇਹ ਇਲੈਕਸ਼ਨ ਦਾ ਇੱਕ ਇਵੈਂਟ ਹੈ, ਮੈਂ ਤਾਂ ਖੁੱਲ੍ਹਿਆਂ ਸਪੀਚਾਂ 'ਚ ਬੋਲਿਆ, 800-800 ਲੋਕ ਹੁੰਦੇ ਸੀ, ਮੈਂ ਕਹਿੰਦਾ ਸੀ ਦੇਖੋ ਤੁਸੀਂ ਨਹੀਂ ਵੋਟਾਂ ਪਾਉਣੀਆਂ ਨਾ ਪਾਇਓ, ਮੈਂ ਤੁਹਾਡੇ ਸਾਹਮਣੇ ਖੜਾ, ਸੰਘਰਸ਼ ਲੈ ਖੜਾ, ਤੁਸੀਂ ਵੀ ਲੜੋ, ਮੈਂ ਵੀ ਲੜਦਾ ਪੰਜਾਬ ਬਚਾਉਣ, ਪੰਜਾਬ ਨੂੰ ਮੁੜ ਸੁਣ। ਈਵਨ ਐਡਮ ਸਮਿਥ, ਜਿਹਨੂੰ ਆਪਾਂ ਕੈਪੀਟਲਿਜ਼ਮ ਦੇ ਫਾਦਰ ਕਹਿੰਦੇ, ਉਹ ਵੀ ਕਹਿੰਦੇ ਨੇ ਕਿ ਐਜੂਕੇਸ਼ਨ, ਹੈਲਥ ਕੇਅਰ ਅਤੇ ਸੜਕਾਂ, ਇਹ 3 ਚੀਜ਼ਾਂ ਸਰਕਾਰ ਕਰੇ। ਪੰਜਾਬ ਦਾ ਯੂਥ ਹੈ ਨਾ, ਉਹ ਆਪਣੇ ਆਪ 'ਚ ਉਹਨੂੰ ਮਹਿਸੂਸ ਨਹੀਂ ਹੁੰਦਾ ਕਿ ਮੇਰੇ ਕੋਲ ਮੇਰੇ ਹੱਕ ਨੇ, ਅਧਿਕਾਰ ਨੇ ਅਤੇ ਮੈਂ ਆਜ਼ਾਦ ਹਾਂ। ਬਹੁਤ ਲੋਕ ਨਾ ਇਸ ਚੀਜ਼ ਨੂੰ ਗੁੰਮਰਾਹ ਕਰਕੇ ਉਹਨੂੰ ਗਲਤ ਰਾਹ ਪਾਉਣ ਨੂੰ ਬੜਾ ਤਿਆਰ ਰੱਖਦੇ ਨੇ, ਕਿਉਂਕਿ ਆਪਣਾ ਬੜਾ ਹੀ ਇੰਥੂਜ਼ਿਆਸਟਿਕ ਯੂਥ ਹੈ, ਉਹਦੇ ਬੜੀ ਜਾਨ ਆ। ਕੋਈ ਕਹਿੰਦਾ ਇਹਨੂੰ ਖਾਲਿਸਤਾਨ ਦੀ ਰਾਹ 'ਤੇ ਤੋਰ ਲਓ, ਕੋਈ ਕਹਿੰਦਾ ਇਹਨੂੰ ਗੁੰਡਾਗਰ ਦੀ ਰਾਹ 'ਤੇ ਤੋਰ ਲਓ, ਕੋਈ ਕਹਿੰਦਾ ਇਹਨਾਂ ਨੂੰ ਗੈਂਗਸਟਰ ਬਣਾ ਲਓ। ਕਿਉਂ ਬਣਦਾ ਇਨਸਾਨ, ਕਿਉਂ ਚੱਲਦਾ ਉਸ ਰਾਹ 'ਤੇ? ਕਿਉਂਕਿ ਕਿਤੇ ਨਾ ਕਿਤੇ ਉਹਨੂੰ ਲੱਗਦਾ ਹੈ ਕਿ ਮਿੱਕੀ ਮੇਰੇ ਕੋਲ ਮੇਰੇ ਹੱਕ ਹੈਗੇ ਨੇ, ਕੀ ਮੇਰੇ ਮਾਂ ਬਾਪ ਕੋਲ ਮੇਰੇ ਹੱਕ ਹੈਗੇ ਨੇ, ਜਾਂ ਮੈਨੂੰ ਪੜ੍ਹਾਈ ਨਹੀਂ ਮਿਲ ਰਹੀ, ਮੈਨੂੰ ਹੈਲਥ ਕੇਅਰ ਨਹੀਂ ਮਿਲ ਰਿਹਾ, ਮੇਰੀ ਕਿਸਾਨੀ ਡੁੱਬਦੀ ਜਾਂਦੀ, ਮੈਂ ਕਰਨਾ ਕਿੱਥੇ, ਮੈਂ ਕਨੇਡਾ ਭੱਜਾਂ, ਮੈਂ ਕਰਾਂਗਾ। ਅਤੇ ਫਿਰ ਬੰਦਾ ਆਸਾਨ ਰਸਤਾ ਲੱਭਦਾ, ਜੋਸ਼ੀਲਾ ਰਸਤਾ ਲੱਭਦਾ, ਕਹਿੰਦਾ ਚੱਕ ਦਿਆਂਗੇ, ਤਰ ਦਿਆਂਗੇ। ਠੀਕ ਹੈ, ਤੁਸੀਂ ਉਸਨੂੰ ਜਿਸ ਤਰ੍ਹਾਂ ਦੇ ਏਰੀਏ 'ਚ ਹੈ, ਜਿਸ ਤਰ੍ਹਾਂ ਦੇ ਉਹਨੂੰ ਲੀਡਰ ਮਿਲੇ, ਜਿਸ ਤਰ੍ਹਾਂ ਦੀ ਉਸਨੂੰ ਸੰਗਤ ਮਿਲੀ, ਉਹ ਉਸ ਤਰ੍ਹਾਂ ਦੇ ਰਾਹ 'ਤੇ ਪਏ। ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਪੰਜਾਬ ਦੇ ਯੂਥ ਨੂੰ ਜੇ ਆਪਾਂ ਰਾਹ 'ਤੇ ਨਹੀਂ ਪਾਇਆ, ਨਸ਼ਿਆਂ ਤੋਂ ਹਟਾ ਕੇ ਸਪੋਰਟਸ ਦੀ ਰਾਹ 'ਤੇ ਨਹੀਂ ਪਾਇਆ, ਉਹਨੂੰ ਉਹਦੇ ਹੁਨਰ ਨੂੰ ਚਮਕਾਉਣ ਦਾ ਮੌਕਾ ਨਹੀਂ ਦਿੱਤਾ, ਉਹਨੂੰ ਜਿਹੜੀਆਂ ਡਿਗਰੀਆਂ ਉਹ ਕਰਕੇ ਆਇਆ ਉਹਦੇ ਨਾਲ ਦੀ ਰੋਜ਼ਗਾਰ ਨਹੀਂ ਮਿਲਿਆ, ਜਾਂ ਜਿਸ ਤਰ੍ਹਾਂ ਦਾ ਰੋਜ਼ਗਾਰ ਜਿਸ ਏਰੀਆ 'ਚ ਹੈ ਉਸ ਤਰ੍ਹਾਂ ਦੀ ਡਿਗਰੀਆਂ ਉੱਥੇ ਕਿਉਂ ਨਾ ਮਿਲਣ, ਉਹਨੂੰ ਸਹੀ ਸਕਿਲਿੰਗ ਨਾ ਮਿਲੀ। ਅਤੇ ਇਹ ਪੰਜਾਬ ਹੈਜ਼ ਬੀਨ ਅਬਾਊਟ ਇਟ ਵੈਨ ਆਈ ਵਾਸ ਪਲੇਇੰਗ ਫੋਰ ਇੰਡੀਆ, ਵਨ ਆਫ ਦ ਰੀਜ਼ਨਸ ਆਈ ਵਾਸ ਪਲੇਇੰਗ ਫੋਰ ਇੰਡੀਆ, ਆਈ ਯੂਸ ਟੂ ਥਿੰਕ ਵੈਨ ਦਿਸ ਯੂਸ ਟੂ ਗੈਟ ਹਾਰਡ ਦਰ ਵਾਈ ਐਮ ਆਈ ਡੂਇੰਗ ਇਟ, ਆਈ ਐਮ ਪ੍ਰੋਬਬਲੀ ਡੂਇੰਗ ਇਟ ਬਿਕੋਜ਼ ਬੈਕ ਇਨ ਮਾਈ ਵਿਲੇਜ, ਮੇਰੇ ਪਿੰਡਾਂ 'ਚ, ਉੱਥੇ ਜਿਹੜੇ ਮੇਰੇ ਨਾਲ ਦੇ ਭਾਈ ਨੇ ਉਹ ਨਸ਼ੇ 'ਚ ਪੈ ਰਹੇ ਨੇ, ਅਤੇ ਮੈਨੂੰ ਲੱਗਦਾ ਸੀ ਕਿ ਮੈਂ ਕੋਈ ਮੈਡਲ ਵਗੈਰਾ ਜਿੱਤ ਕੇ ਲੈ ਕੇ ਆਊਂਗਾ, ਆਈ ਵਿਲ ਵਿਨ ਸਮਥਿੰਗ, ਆਈ ਵਿਲ ਉਹ ਪ੍ਰੋਬਬਲੀ ਦੇ ਵਿਲ ਫੀਲ ਦੈਟ ਇਫ ਹੀ ਇਜ਼ ਡੂਇੰਗ ਇਟ ਫੋਰ ਇੰਡੀਆ ਵੀ ਕੈਨ ਆਲਸੋ ਡੂ ਥਿੰਗਸ। ਸੋ ਦੋਜ਼ ਵਰ ਮਾਈ ਇੰਸਪੀਰੇਸ਼ਨਸ ਫਰੋਮ ਲੌਂਗ ਅਗੋ, ਐਂਡ ਦਿਸ ਇਜ਼ ਜਸਟ ਅ ਬਿਗਿਨ। Right, Smith, thank you so much for being on the show. Thank you so much for your time. Thank you, man. And I welcome you. I know last few days must have been very hectic for you. So thank you so much for taking out this time. Oh, it has been very hectic many years. And I'm feeling good that now I can revisit a lot of things and know what things I want to focus on. I know it's going to be more hectic for you. And that's something we're going to talk about on the show as well. But let's start with the highlight. You contested elections for the first time. And I want to talk about that. How was your experience? It was great. Going to the people, I had 22 days. So after my ticket was announced, I went to the area. It has 127 villages. It has 2 cities. Covering the whole place. And I believe the amount of anti-incumbency that there was against the Congress. And especially on this seat, we had a sitting MLA who did not want to contest. Yeah. And I went there. The party sent me, seeing what I was doing for the policy making for Punjab in the last few years. And I was really passionate to take all of that to the ground, to make the poorest of the poor, to connect with them, sit with them, talk to them. If you have seen my campaign, it was more about listening. Yeah. So I was listening to them. I was having conversations. I have no problem with any kinds of questions. So I like talking to people. I like them to ask me as difficult as questions possible because they make us learn. And I have spent so many years
trying to figure out the problems of Punjab and their solutions. My education has been about it. My social work journey has been about it. When I was playing for India, one of the reasons I was playing for India, I used to think when this used to get harder, why am I doing it? I'm probably doing it because back in my village, mere pindaan ch utthe jehde mere naal de bhai ne oh nashe ch pe rahe ne. Yeah. So main lagda si ki main koi medal vagera jeet ke leke aunga. I will win something. I will. Oh, probably they will feel that if he is doing it for India, we can also do things. So those were my inspirations from long ago, and this is just the beginning of the journey. You know, I agree with you, and jo tusi kya ki you want people to ask you tough questions. I think it's brilliant, and main dekhya bhi hai. You have always been open about, you know, ki if someone wanna organize a debate with me, I'm open to it. So I think it bahut hi brilliant, because जो लोग कंटेस्ट करते हैं वो थोड़ा शाय रहते हैं कि यू नो आई डोंट वांट टू डिबेट विद द अदर कंटेस्टेंट. बट आई थिंक इट्स ब्रिलियंट, इट्स वेरी वाइज ऑफ यू टू ओपनली थिंक अबाउट दीज थिंग्स कि ओके मैं कॉन्वर्सेशन करा अगर किसी दूसरे पार्टी के कैंडिडेट्स ना, मे बी वी यू नो कम अप विद बेटर सोल्यूशंस फॉर द, बिकॉज एट द एंड वी आर ऑल वर्किंग टूवर्ड्स अ कॉमन गोल, राइट? बिल्कुल. मैं क्या पंजाब के पानिया का मसला हो, किसानी का मसला होवे, कले तीन खेती कानून वापस करवाना 25 साल तो डुबदी किसानी का ठीक नहीं होगी. बिल्कुल. आमदन तो हजे भी किसानों की घट रही है, लागत हजे भी बढ़ रही है, उपज हजे भी घट रही है. पिछले 11 साल तो लगातार उपज घट रही है पंजाब की. MSP कणक ते जीरी ते जाने का डर हजे भी उन्ना ही है. बिल्कुल. सो उदा हल की है, इहदे उत्ते मैं सालां खुद काम किया. पंजाब दा जिहड़ा माफिया उहनूं खत्म किवें करां, उस उत्ते काम किया. मैं तो चाहूँगा, मैं तो लोगों जाके कहिंदा सीगा तुसीं वोटां पाणियां ना पाणियां, मैनूं पता तुसीं कांग्रेस नाल औखे हो, तुसीं वोटां ना पायो. गल यह है कि मैं थोड़ा हल दस रहा, जिन्हों ताकत दूंगे तो करा लो. Yeah. आपको कोई थोड़ी कि मेरे तो कराओ. बिल्कुल. तो होर बहुत चीज़ा ने, यह तो आप मैं जो सीखे मेहनत करके सीखा. मैं दिन रात एक करके पंजाब उत्ते काम किया. तो मैं चाहना कि यह सारी कॉन्वर्सेशन लोगों को जाए, ये गल्लां लोगों को जान, लोग इस टॉपिक पर गल्लां करन. Okay. लोग पूछन सवाल मुश्किल लोगों, जो कहन कि साढ़े हक के पैसे कितने ने, निजी जेबा साढ़े सरकार के खजाने चाहे. सो वो हल करन. मैं तो एक एक पॉलिसी से इन्ना काम किया. मैं तो कि किस कितने किमें पंजाब को पैसा आ सकता, कितने कितने लगाना है. आम आदमी पार्टी वाले लगता है कि 30,000 करोड़ सैंड माइनिंग चो आएगा. मैं वेट कर रहा हूँ कट के दिखा. मैं पूछा कि कितने है. आई थिंक अकाउंटेबल ठहराना किसी भी पार्टी नू, किसी भी इंडिविजुअल नू बहुत जरूरी है. मैं मलोट का रहने वाला, आई टोल्ड यू, तो मैं एक ये चीज़ देखी है कि वी डोंट होल्ड आर लीडर्स अकाउंटेबल. एंड आई थिंक ये बहुत ही डेंजरस स्टेट टू बी इन है, वेर यू डोंट होल्ड जिन्होंने लोगों ने बनाया. इट्स इंपॉर्टेंट टू होल्ड दैम अकाउंटेबल, राइट? बिल्कुल. देखो पर लोगों ने अकाउंटेबल रखा भी है, इस बार रिजल्ट दिखाते हैं. बट 5 साल के दौरान भी अकाउंटेबल रखना बहुत जरूरी है. एग्जैक्टली. जी तुम गल की कॉन्वर्सेशन बड़ी जरूरी है यार. लीडर की है, बंदा ही है, साढ़े नाल ही है जी. असं उन्होंने सवाल क्यों नहीं पूछ सकते, असं उन्हें गल क्यों नहीं कर सकते. मैं तो हर पंजाब लोगों को कहते भी पूछो यार, आप गल क्यों नहीं कर रहे. तुसी हर बंदे नूं पुछो, आपां डिबेट करिए पंजाब दे मसलें, आपां एक एक मसले का बेस्ट हल कढ़िए. असल विच इह साडे सारिआं दा समाज है ना. Exactly. इह कोई किसी पार्टी का नहीं, किसी लीडर का नहीं, कोई नवाब नहीं, कोई राजा नहीं, कोई राणा नहीं. इह तां हर आम लोगों का पंजाब है. तो किसानी के की हल ने, ये चक देगा, वह चक देगा, हुण आने वाला टाइम तू साडा देख ली, तू उहदा देख ली, उहदा कुछ नहीं है ना अंदर. की करना किसानी का, तुसी दसो. जे साडे कोल हल है तां असीं दस दें. जे तो चक लिया तर लिया ही हल हो जाना, तो फिर कर लें, ठीक है, फिर तो हो गया, फिर तो सब कुछ हो चुके होया है ना. असल हल हर मुश्किल का उन्होंने समझ के मेहनत करनी पैंती. जिनी मेरे ताकत सी, जो मैं कर सकता सी, मैं अपने दिलों जानना कर रहा. मैंने लगता है कि मेरे वर्गे इंसान वास्ते जिन्हें किन्ने साल मैं ऑर्गनाइजेशन काम किए, NGO काम किया, सोशल मूवमेंट्स काम किया, मैं कदम किसी पार्टी के यूथ विंग काम नहीं किया. मैं कोई नारे ला के बैरीगेड धक्के मारन वाले चु नहीं सी, मैं वाला बंदा ही नहीं है. मैं इसलिए काम किया कि मसले समझा, उन्होंने हल समझा, पढ़ाई की, पंजाब के मसले देश के दे मसले समझने वास्ते की, उन्होंने हल कढ़ने वास्ते की. सो मैं जो जो करने की कोशिश की, जो मैं पिछले 4-5 साल काम किया, दिन रात एक करके काम किया, तो मैं तो हूँ होर ज़्यादा खुश हाँ कि मैं होर टाइम मिले कि लोगों जावगा, वो कम करा, उन्होंने मसले होर समझागा, वो हल समझागा, सरकार को जिम्मेवार ठहरावे, सरकार तो सवाल पूछा, सरकार को कहेंगे करो जी, जो नहीं होंगे असं दस दें ऐ कर लो जी. लोगों को कहेंगे भी अपने जिहड़े तुसीं कहिंदे सी भी सारे हल हो जाने, आप देखते हैं किन्ने दिन लगते ईटी टीचर पक्के हो. वेरी इंपॉर्टेंट एंड मेक्स मी हैप्पी टू सी समवन हू हैज़ अ मॉडल इन प्लेस टू होल्ड द, यू नो, होल्ड द पार्टीज अकाउंटेबल.
And Smith, so you know, you have worked for, you have been working for Punjab any day to. I see you as a leader. And mere hisab naal ek leader ho hunda jo irrespective of position, of the vision, je is tarike naal nahi tha, you know, you follow the path B, C, D to achieve your vision, right? So jo thodi ek vision si, jo vision tusi present kiti, jo tusi vision lokaan nu dikhai apni, how are you still going to achieve that? Because I'm sure you have a plan in place. Dekho, tusi Amargarh jao, Ahmedgarh jao, tusi pind pind jana, loki thonu kehnge ki sada man banaya si, tahi sade sitting MLA nahi aaye. ਸਾਡਾ ਮਨ ਬਣਿਆ ਸੀ ਕਾਂਗਰਸ ਦੇ ਖਿਲਾਫ ਵੋਟ ਪਾਉਣੀ ਕਿਉਂਕਿ ਬਦਲਾਵ ਨੂੰ ਵੋਟ ਪਾਉਣੀ ਅਤੇ ਅੱਛੀ ਗੱਲ ਹੈ ਲੋਕ ਸੋਚ ਕੇ ਬੈਠੇ ਸੀ ਕਿ ਆਹ ਪਾਰਟੀ ਬਦਲਾਵ ਲਿਆਏਗੀ ਚੰਗੀ ਗੱਲ ਹੈ ਆਪ ਪਤਾ ਕਹਿੰਦੇ ਲਿਆਏ ਪਰ ਜਿਹੜੀ ਮੈਨੂੰ ਵੋਟ ਪਈ ਹੈ ਤੁਸੀਂ ਪਿੰਡ ਮੁੰਡੇ ਜਾ ਕੇ ਪੁੱਛੋਗੇ ਲੋਕ ਕਹਿਣਗੇ ਕਿ ਯਾਰ ਇਹ ਮੁੰਡਾ ਵਧੀਆ ਇਹ ਬੰਦਾ ਉਹਨੂੰ ਮੌਕੇ ਦਿਓ ਇਹ ਮੁੰਡਾ ਠੀਕ ਹੈ ਇਹ ਮੁੰਡਾ ਚੰਗਾ ਤੁਹਾਨੂੰ ਹਰ ਪਿੰਡ 'ਚੋਂ ਬੰਦਾ ਕਹੇਗਾ ਤੁਸੀਂ ਹੁਣ ਕੈਮਰਾ ਲੈ ਕੇ ਚਲੇ ਜਾਓ ਉਹ ਕਿਉਂ ਕਹਿ ਰਹੇ ਨੇ ਮੈਂ ਉਹਨਾਂ ਦਾ ਕੀ ਸਵਾਰਿਆ ਕੁਛ ਵੀ ਨਹੀਂ ਮੈਂ ਤਾਂ ਆਸਾਨ ਮੰਨਦਾ ਕਿ ਉਹ ਮੇਰੇ ਵਰਗੇ ਬੰਦੇ ਦੀ ਸਪੋਰਟ ਕਰਨ ਆਏ ਨੇ ਉਹਨਾਂ ਦਾ ਮੈਂ ਵਾਪਸ ਨਹੀਂ ਮੋੜ ਸਕਦਾ ਮੈਂ ਤਾਂ ਉਹਨਾਂ ਵਾਸਤੇ ਜਿੰਨਾ ਆਵਾਜ਼ ਚੁੱਕਾ ਉਹਨਾਂ ਘੱਟ ਹੈ ਉਹਨਾਂ ਜਿੰਨੀ ਲੜਾਈ ਲੜਾ ਉਹਨਾਂ ਘੱਟ ਹੈ ਪਰ ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਸੀ ਜਦ ਮੇਰੇ ਕੋਲ ਕੋਈ ਤਾਕਤ ਨਹੀਂ ਸੀ ਮੈਂ ਤਦ ਵੀ ਆਵਾਜ਼ ਚੁੱਕ ਰਿਹਾ ਸੀ ਜਦ ਮੇਰੇ ਕੋਲ ਕੋਈ ਤਾਕਤ ਨਹੀਂ ਸੀ ਮੈਨੂੰ ਮੇਰੇ ਕੁਛ ਨਹੀਂ ਸੀ ਮੈਂ ਤਦ ਵੀ ਲੜਾਈ ਲੜ ਰਿਹਾ ਸੀ ਮੇਰੇ ਦਿਲ ਦੇ ਅੰਦਰ ਦਰਦ ਰਹਿੰਦਾ ਸੀ ਕਿ ਪੰਜਾਬ ਵਿੱਚ ਬੇਰੋਜ਼ਗਾਰੀ ਦੇਸ਼ ਤੋਂ ਦੁੱਗਣੀ ਹੋ ਗਈ ਅਤੇ ਸ਼ਹਿਰਾਂ ਵਿੱਚ ਜਿਹੜੀ ਗਰੀਬੀ ਹੈ ਉਹ ਪਿੰਡਾਂ ਨਾਲੋਂ ਦੁੱਗਣੀ ਹੋ ਗਈ ਸਾਡੇ ਪਿੰਡਾਂ ਵਿੱਚ ਸਾਡੇ ਖੇਤੀ ਮਜ਼ਦੂਰ ਦਾ ਕੋਈ ਪੁੱਛਦਾ ਨਹੀਂ ਸਾਡੀ ਕਿਸਾਨ ਦੀ ਇੱਕ MSP ਦਾ ਹੈ ਉਹ ਸੈਂਟਰ ਕਦੇ ਵੀ ਵਾਪਸ ਲੈ ਸਕਦਾ ਫਿਰ ਉਹਨੇ ਕਰਨਾ ਕੀ ਹੈ ਸਾਡਾ ਪਾਣੀ ਖਤਮ ਹੁੰਦਾ ਜਾ ਰਿਹਾ ਜਦੋਂ ਮੈਂ ਆਕਸਫੋਰਡ 'ਚ ਪੜ੍ਹਦਾ ਸੀਗਾ ਤਾਂ ਮੇਰੀ ਸਾਰੀ ਡੈਜ਼ਰਟੇਸ਼ਨ ਪੰਜਾਬ ਦੇ ਪਾਣੀ ਉੱਤੇ ਸੀ ਮੈਂ ਪੰਜਾਬ ਦੇ ਪਾਣੀ ਨਾਲ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਨਾਲ ਪੰਜਾਬ ਦੇ ਸਮਾਜ ਨੂੰ ਉਹਦੀ ਰਾਜਨੀਤੀ ਨੂੰ ਉਹਦੀ ਇਕਾਨਮੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸ ਤਰੀਕੇ ਜਾ ਰਹੀ ਹੈ ਉਹਦੇ ਕੀ ਹੱਲ ਨੇ ਮੈਂ ਤਾਂ ਚਾਹੂੰਗਾ ਕਿ ਹੱਲ ਲਾਗੂ ਹੋਣ ਅਤੇ ਇਹ ਨਾ ਇਹ ਇੱਕ ਮੈਂ ਤੁਹਾਨੂੰ ਇਹ ਗੱਲ ਦੱਸਦਾ ਤੁਸੀਂ ਮੇਰੇ ਤੋਂ ਬੜੀ ਇੰਟਰਸਟਿੰਗ ਚੀਜ਼ ਪੁੱਛੀ ਕਿ ਹੁਣ ਮੇਰੇ ਕੋਲ ਮਾਡਲ ਹੈਗਾ ਮੈਨੂੰ ਲੱਗਦਾ ਹੈ ਕਿ ਜਿਹੜੀ ਇਲੈਕਸ਼ਨ ਹੈ ਨਾ ਇੱਕ ਵਿਆਹ ਦੇ ਇਵੈਂਟ ਵਾਂਗ ਹੈ ਓਕੇ ਅਤੇ ਸਾਰੇ ਨੱਚਣ ਗਾਵਣ ਆ ਜਾਂਦੇ ਕੁਝ ਦਿਨਾਂ ਵਾਸਤੇ ਜਿਹੜੀ ਰਾਜਨੀਤਿਕ ਸਫ਼ਰ ਹੈ ਜਿਹੜਾ ਸਮਾਜ ਨੂੰ ਬਦਲਣ ਦਾ ਸਫ਼ਰ ਹੈ ਇਹ ਬੜਾ ਡੂੰਘਾ ਅਤੇ ਬੜਾ ਲੰਬਾ ਸਫ਼ਰ ਹੈ ਬਿਲਕੁਲ ਜੋ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉਹਦੇ ਪਿੱਛੇ ਜਨਵਰੀ ਅਤੇ ਫਰਵਰੀ 2022 ਦੀ ਜਿੱਤ ਨਹੀਂ ਉਹ ਪਿਛਲੇ 7-8 ਸਾਲਾਂ ਦਾ ਸੰਘਰਸ਼ ਹੈ ਉਹ ਦਿਨ ਰਾਤ ਦਾ ਕੰਮ ਹੈ ਜੋ ਮੈਂ ਕੰਮ ਕਰਨਾ ਮੈਨੂੰ ਪਤਾ ਉਹ ਮੇਰੀ ਜ਼ਿੰਦਗੀ ਦਾ ਸੰਘਰਸ਼ ਹੈ ਮੈਨੂੰ ਪਤਾ ਇਹ ਮਸਲੇ ਨੇ ਇਹਨਾਂ ਦੇ ਹੱਲ ਕੱਢਣੇ ਇਹਨਾਂ ਦੇ ਹੱਲਾਂ ਨਾਲ ਸਮਾਜ ਵਿੱਚ ਥੋੜ੍ਹੀ ਹੋਰ ਬਰਾਬਰੀ ਆਏਗੀ ਹਰ ਇਨਸਾਨ ਥੋੜ੍ਹਾ ਹੋਰ ਆਜ਼ਾਦ ਮਹਿਸੂਸ ਕਰੂਗਾ ਲੋਕਾਂ ਦੇ ਘਰਾਂ 'ਚ ਰੁਜ਼ਗਾਰ ਹੋਏਗਾ ਔਰਤਾਂ ਨੂੰ ਉਹਨਾਂ ਦੇ ਹੱਕ ਮਿਲਣਗੇ ਸਾਡੀ ਕਿਸਾਨੀ ਖੁਦ ਮੁਖਤਿਆਰ ਹੋ ਸਕਦੀ ਸਾਡੇ ਵਪਾਰੀ ਨੂੰ ਲੱਗੂਗਾ ਅਸੀਂ ਪੰਜਾਬ ਤੋਂ ਪੰਜਾਬ ਛੱਡ ਕੇ ਜਾਣ ਦੀ ਲੋੜ ਨਹੀਂ ਸੀ ਪੰਜਾਬ ਵਪਾਰ ਕਰ ਸਕਦਾ ਬਹੁਤ ਲੋਕ ਕਹਿੰਦੇ ਆ ਕਿ ਪੰਜਾਬ 'ਚ ਇਨਵੈਸਟਮੈਂਟ ਲਿਆਓ ਮੈਂ ਤਾਂ ਸੋਚਦਾ ਜਿਹੜਾ ਪੰਜਾਬ ਛੱਡ ਕੇ ਇੰਡਸਟਰੀਅਲ ਭੱਜ ਰਿਹਾ ਪਹਿਲਾਂ ਉਹਨੂੰ ਪੁੱਛ ਲਓ ਵੀ ਤੂੰ ਨਾ ਜਾ ਤੇਰਾ ਕੀ ਕਰ ਲਈਏ ਬਿਲਕੁਲ ਉਹ ਜਦੋਂ ਆਪਾਂ ਹੱਕ ਦੇ ਪਾਵਾਂਗੇ ਤੇ ਤਾਂ ਆਪਾਂ ਕਹਿੰਦੇ ਕਿ ਰਾਜਨੀਤੀ ਕਾਮਯਾਬ ਹੈ ਤੇ ਉਹ ਸਭ ਕੁਝ ਕਰਨ ਵਾਸਤੇ ਸਫ਼ਰ ਹੈ ਜਿਹੜਾ ਤਾਕਤ 'ਚ ਉਹਦੇ ਵਾਸਤੇ ਬੜਾ ਲੰਬਾ ਸਫ਼ਰ ਹੈ ਜਿਹੜਾ ਤਾਕਤ 'ਚ ਨਹੀਂ ਉਹਦੇ ਵਾਸਤੇ ਵੀ ਲੰਬਾ ਸਫ਼ਰ ਹੈ ਅਤੇ ਇਹ ਇਲੈਕਸ਼ਨ ਦਾ ਇੱਕ ਇਵੈਂਟ ਹੈ ਮੈਂ ਤਾਂ ਖੁੱਲ੍ਹਿਆਂ ਸਪੀਚਾਂ 'ਚ ਬੋਲਿਆ 800 ਲੋਕ ਹੁੰਦੇ ਸੀ ਮੈਂ ਕਹਿੰਦਾ ਸੀ ਦੇਖੋ ਤੁਸੀਂ ਨਹੀਂ ਵੋਟਾਂ ਪਾਉਣੀਆਂ ਨਾ ਪਾਇਓ ਮੈਂ ਤੁਹਾਡੇ ਸਾਹਮਣੇ ਖੜਾ ਸੰਘਰਸ਼ ਲੈ ਖੜਾ ਤੁਸੀਂ ਵੀ ਲੜੋ ਮੈਂ ਵੀ ਲੜਦਾ ਪੰਜਾਬ 'ਚ ਆਉਣਾ ਪੰਜਾਬ ਨੂੰ ਮੁੜ ਸੁਰਜੀਤ ਕਰਨਾ ਜੇ ਤੁਸੀਂ ਐਨਾਲੋਜੀ ਦਿੱਤੀ ਨਾ ਇਹ ਵਿਆਹ ਵਾਲੀ ਮੇਰੇ ਦਿਮਾਗ 'ਚ ਇੱਕ ਚੀਜ਼ ਹੈ ਕਿ ਜੋ ਆਪਣਾ ਨੈਰੇਟਿਵ ਹੈ ਨਾ ਹੁਣ ਇੱਕ ਮੈਂ ਐਗਜ਼ਾਮਪਲ ਦਿੰਦਾ ਇੱਕ ਨਿਊਜ਼ ਚੈਨਲ ਹੈ ਉਹਨਾਂ ਨੇ ਮਲੋਟ ਦੀ ਕੋਈ ਕਵਰੇਜ ਕਰ ਰਹੀ ਸੀ ਤਾਂ ਉਹਨਾਂ ਨੇ ਕੁਐਸਚਨ ਲਿਖਿਆ ਹੋਇਆ ਸੀ ਕੌਣ ਬਣੇਗਾ ਮਲੋਟ ਦਾ ਕਿੰਗ ਅਤੇ ਮੈਂ ਥੱਲੇ ਕਮੈਂਟ ਕੀਤਾ ਕਿ ਕਿੰਗ ਕਿਵੇਂ ਹੋ ਸਕਦਾ ਇੱਕ ਪੋਲੀਟੀਸ਼ੀਅਨ ਉਸ ਤੋਂ ਬਾਅਦ ਚਲੋ ਇੱਕ ਸੈਕਸਿਸਟ ਆਫਕੋਰਸ ਹੈ ਬਿਕੋਜ਼ ਹੁਣ ਜੋ ਸਿਟਿੰਗ MLA ਮਤਲਬ ਇੱਕ ਲੇਡੀ ਇੱਕ ਵੂਮੈਨ ਹੈ ਪਰ ਚਲੋ ਜੋ ਨੈਰੇਟਿਵ ਉਹਨਾਂ ਨੇ ਦਿਖਾਇਆ ਕਿ ਕੌਣ ਬਣੇਗਾ ਮਲੋਟ ਦਾ ਕਿੰਗ ਰਾਈਟ ਤਾਂ ਮੇਰੇ ਹਿਸਾਬ ਨਾਲ ਜੋ ਇਹ ਨੈਰੇਟਿਵ ਇੱਥੋਂ ਮਤਲਬ ਇਹ ਕਿੰਗ ਬਣ ਗਿਆ ਆ ਜਿੱਤ ਗਿਆ ਉਸ ਨੈਰੇਟਿਵ ਤੋਂ ਲੈ ਕੇ ਆਪਾਂ ਇਹ ਕਿਵੇਂ ਦਿਖਾ ਸਕਦੇ ਹਾਂ ਕਿ ਜੋ ਲਾਈਕ ਨਾ ਜੋ ਪਾਰਟੀ ਜਿੱਤੀ ਹੈ ਉਹਨਾਂ ਨੂੰ 5 ਸਾਲ ਦੀ ਇੱਕ ਰਿਸਪੋਂਸੀਬਿਲਿਟੀ ਮਿਲੀ ਹੈ ਦੇ ਹੈਵ ਦਾ ਪਾਰ ਬਟ ਉਹੀ ਵਿਦ ਗ੍ਰੇਟ ਪਾਵਰਸ ਕਮ ਗ੍ਰੇਟ ਰਿਸਪੋਂਸੀਬਿਲਿਟੀ ਵਾਲਾ ਕੰਮ ਹੈ ਤਾਂ ਆਈ ਥਿੰਕ ਉਹ ਨੈਰੇਟਿਵ ਥੋੜ੍ਹਾ ਘੱਟ ਹੈ ਕਿ 5 ਸਾਲ ਦੀ ਰਿਸਪੋਂਸੀਬਿਲਿਟੀ ਮਿਲੀ ਹੈ ਨੈਰੇਟਿਵ ਇਹ ਹੈ ਕਿ 5 ਸਾਲ ਹੁਣ ਉਹ ਬਸ ਰਾਜ ਕਰਨਗੇ ਦੇਖੋ ਯਾਰ ਜੇ ਪ੍ਰੈਕਟੀਕਲੀ ਦੇਖੀਏ ਤਾਂ ਕੋਈ ਕਿਸੇ 'ਤੇ ਰਾਜ ਨਹੀਂ ਕਰਦਾ ਮੈਂ ਤਾਂ ਆਪਣੇ ਘਰ ਵਿੱਚ ਦੇਖਿਆ ਮੇਰੇ ਫਾਦਰ ਸਾਹਿਬ 10 ਸਾਲ MLA ਰਹੇ ਇੰਡੀਪੈਂਡੈਂਟ ਜਿੱਦੇ ਸੀ ਉਹਨਾਂ ਨੇ 308 ਕਿਲੋਮੀਟਰ ਦੀਆਂ ਸੜਕਾਂ ਇੱਕ ਵਿਧਾਨ ਸਭਾ ਹਲਕੇ 'ਚ ਬਣਾਈਆਂ ਮੈਂ ਕਿਸੇ ਪਿੰਡ ਜਾਂਦਾ ਸੀ ਲੋਕ ਕਹਿੰਦੇ ਸਾਡਾ ਸਕੂਲ ਤੁਹਾਡੇ ਫਾਦਰ ਬਣਾ ਕੇ ਗਏ ਨੇ ਸਾਡੀ ਧਰਮਸ਼ਾਲਾ ਬਣਾਈ ਗਈ ਹੁਣ ਕੰਨ ਟੁੱਟੀ ਹੈ ਤੁਸੀਂ ਠੀਕ ਕਰਾ ਦਿਓ ਕੋਈ ਉਸ ਤੋਂ ਕਰਕੇ ਨਹੀਂ ਗਿਆ ਓਕੇ ਉਹਨਾਂ ਨੇ 10 ਸਾਲ MLA ਰਹੇ 10 ਸਾਲ MLA ਰਹਿਣ ਤੋਂ ਬਾਅਦ ਪਿੰਡ ਰਹਿੰਦੇ ਆ ਖੇਤੀ ਕਰਦੇ ਕੋਈ ਰਾਜ ਤੋਂ ਮਹਿਲ ਥੋੜ੍ਹੀ ਪਾਇਆ ਮੈਂ ਤਾਂ ਉਹਨਾਂ ਨੇ ਤਾਂ ਇੱਕ ਕਿੱਲਾ ਜ਼ਮੀਨ ਦਾ ਇੱਕ ਘਰ ਇੱਕ ਗੱਡੀ ਪੋਲਿਟਿਕਸ ਤੋਂ ਨਹੀਂ ਆਈ ਸਾਡੇ ਘਰ ਖੇਤੀ ਕਰਦੇ ਸੀ ਪਹਿਲਾਂ 10 ਸਾਲ MLA ਰਹੇ 10 ਸਾਲ MLA ਸ਼ਿਪ ਤੋਂ ਹਟੇ ਖੇਤੀ ਕਰਨ ਲੱਗ ਗਏ
राज वाली तो कोई गल नहीं, ये एक कम है तुसी, मैं तो इसनों एक उस कम बार देखदा कि मैं की सेवा कर सकता यार, मैं की कम कर सकता, मेरे को हजे कि ओपरचुनिटी है, पंजाब दी मुश्किलां कोई हल नहीं हुई, उन्हां ते कम करांगे, उन्हां दे हल कढांगे। देखो पंजाब दी मुश्किलां आ जिहड़े आपां गाने ला लैणे ना, मेरे कि वीडियो ते भी गाने लगे हुए ने आ गया नहीं आ गया पता नहीं की की, ते मैं देखदा मैं सोचदा कि ठीक है इमोशनली आपां कैच कर रहे हैं एक ऑडियंस नूं, पर पंजाब दी मुश्किलां बड़ियां डूंघियां ने। हुण मैं तुहानूं की दसां कि साडी विधानसभा तो साल में दो बारी मिलती सी, क्योंकि छे छे महीने मिलना पैंदा सी, पहले दिन ओबीचुरी करते थे, अगले दिन जो जो अफसर ने बनाया से पास कर देंगे। हुण आपां देखांगे कि बदलाव आंदा, सब तो बड़ा बदलाव यही कि विधानसभा हर तीन महीने तो मिले तो उन्होंने लाइव चला दे, बदलाव यह है, सवाल यह है कि कानून किने लिखा। मैं देखांगा कि कहड़ा कहड़ा MLA का योगदान है कानून लिखने, जो हजे भी KPMG डेलॉयट ग्रैंड थॉर्नटन लिख रही है, कितने आता नहीं कि कोई कारपोरेट पिछे बैठे कानून बना रहा। कदे आप अपने आप सवाल पूछे ने कि जेडे तीन खेती कानून से वो लिखे किने से, पूछिए जाके भी कौन सी लिखा वाला, कोई कारपोरेट तो नहीं, जेडे आप अमेंडमेंट लिया कि लिखी से, पंजाब के कोई 117 MLA कोई एक बंदा खड़ा होकर हाथ कर सकता मेरी लाइन लिखी है चंद्र, तो फिर लॉ मेकर ने होता कितने आप अपना काम छड़ के किसी होर नहीं दे बैठे। तो फिर जो MLA की कर रहा है वो बेचारा तो SHO DSP पटवारी चुल जाए, क्योंकि उन्होंने लोगों के काम कराने हैं, सिस्टम इस तरह का मैनेज हो चुका है कि उन्होंने काम कराने हैं। नवी पार्टी आई, सरकार आई, तो भगवंत मान जी ने गल कही कि तुसी अपने हल्कों च रहना, ये चंगी गल भी है माड़ी गल भी है, ये चंगी गल इस करके है कि वो लोगों की सुनवाई कर पाएंगे, वो लोगों की गल सिस्टम तक पहुँचा पाएंगे, ये माड़ी गल इस करके है कि साढ़े सिस्टम अंदर जिहड़ियां चीज़ां लोगों के हक से लोगों के अधिकार से वो तुसी लॉ मेकर नूं अपने हल्के बिठा के पूरे कराओगे, लॉ मेकर की लॉ बनाने की जिम्मेवारी है जी, कानून बनाने की जिम्मेवारी वो तो हटा के कराओगे, क्योंकि तुम्हें पता है कि कानून तो असं बना लेंगे अफसर कह के ये जो पटवारियों के थाने के काम ने इन्हों तो कराने जरूरी। आप अपने समाज दी मुश्किल समझिए, उन्होंने हल खड़ीए, राजनीति कोई एक इलैक्शन का इवेंट नहीं है कि आ जित गया वो हार गया तो आप मुक् गए, राजनीति एक बड़ा लंबा सफर है जी आप पंजाब नूं अगे लेके जाना। तो मैं तो अपने आप को बड़ा किस्मत वाला समझदा कि रब ने मैनू इस राह पर पाया, मैं केंद्र सरकार की नौकरी करता, मैं अपनी नौकरी छड़ी, मैं 2051 रिटायर होना सी, मैं हजे 31 साल, तो मैं अपनी नौकरी तो रिजाइन किया इतने, क्योंकि मैं पता मेरा पूरा पंजाब बेरोज़गार है, मेरे दिल में दिन रात सौंदे उन्होंने बारे सोचता, मैं सोचता कि यार मैं कुछ कर सकता जाके, मैं इंडिया वास्ते शूटिंग करता सी, तो मेरे एक महीना ट्रेनिंग कर लैंदा सी, खेल के आंदा वापस मन करता सी, पंजाब जावां देश में घुमां होर सूबे में जावां मुश्किल देखा कि तो उन्होंने मैं हल कर सकता। इसी तरीके ना मैं नर्मदा बचाओ अंदोलन गया, इसी तरीके ना बाकी NGOs काम किया, ऑक्सफोर्ड गया तो तद भी सोच के गया कि मैं कुछ कर सकता, कि मैं ये मुश्किल थोड़ा बेहतर समझ सकता, कि हल्लाशेरी तो अगे कुछ है। सो मैं तो एक राजनीतिक सफर अपना शुरू कर रहा, तो बड़ा निमाणा होकर बड़ा छोटा होकर लोगों तो सीखांगा, लोगों तो समझांगा, लोगों की ताकत लोगों को वापस देने की गल है, वो साड़ी लड़ाई सी, तो लोगों ने जिस तरह ठीक समझा उन्होंने किया, हजे तो संघर्ष शुरू है, बड़ा लंबा सफर है। मैं तो आई एप्रीशिएट योर ह्यूमिलिटी एंड योर विजन फॉर पंजाब। एक क्वेश्चन मेरे जहन छ है बहुत देर तो, मैं आई कुड नॉट फाइंड द राइट पर्सन, बट आई थिंक यू आर द राइट पर्सन फॉर दैट। 3-4 साल पहला आई थिंक रघुराम राजन की फॉल्ट लाइन्स मैं पढ़ रहा है, उस ना वो डेट ग्रीन स्पैन तो वर्ल्ड बैंक वो सारा वो दस रहे थे कि जो डिप्रेशन आया उस तो बाद एक लाइन सी कि जदों भी कॉमन पब्लिक डीपर इशूज वाल जान लग जाती है ना, उदो सरकार एवं टूल्स यूज करता है कि जिमें ईजी क्रेडिट करता ताकि उन्होंने डीविएट कर सकन फ्रॉम द मेन फोकस, लाइक फ्रॉम द डीपर इशूज ऑफ देयर स्टेट देयर कंट्री, पंजाबी आप कह सकते कि मिठी गोली देती यू नो, ताकि वह डीविएट हो सकन फ्रॉम द मेन इशूज। सो डू यू थिंक ये इतने भी होंगे? आई जस्ट वॉन्टेड टू यू नो गैट योर परसपैक्टिव ऑन दिस की जिमें यू नो वैन यू वर सेइंग कि आ थोड़ी भी रील्स से आ गाने लगे से, मैंने लगता कि गाने के एंटरटेनमेंट का लेकिन एक सोर्स है, बट यू नो समहाउ इट डीविएट्स अस फ्रॉम द मेन इशू। देखो गाने का फायदा यह है कि लोगों को पता चल रहा है वो पिंड तुरै जाता क्योंकि लोगों से भी जरूरी है भी साढ़े आया भी पुरथले आया बिंजो की कला आया कि नहीं आया ठीक है, नहीं तो उन्होंने किसी ने देखना नहीं। ओके दूसरी गल है कि तो हमें आप यार ये तो बड़ी नॉर्मल जी चीज़ है, मैं भी गाने सुनना तुम भी गाने सुनते हो, गाणिया से मिलियन मिलियन व्यू होंगे ने कम की गलों से 2-3 हज़ार व्यू होंगे ने, तो बंदे पता चलता है भी गाना लाना पो, कम की गल तो नहीं बोल सकते हैं।
एंड विच आपां लोकां तक पहुंचना भी तो है, मेरे को 22 दिन ने तो मैं 1,80,000 वोटर को पहुंचना। मैं लगता है कि जिन्नी कांग्रेस की एंडिकमेंट से मेरी सीट पर सी, मैं इस पार्टी की असल सोच न, मैं देश के संविधान की असल सोच न लोगों तक ले जा पाया, तो इन्ने लोगों को अपने जोड़ पाया। ये मैंने लगता है कि ये मैं सब तो बड़ा कॉन्फिडेंस दिता यार, बहुत कुछ होता है, दुनिया बदली जा सकती, पंजाब बदलिया जा सकता, लड़ाई लड़न की गल। मैं बड़े लोगों को मिलता से, उन्होंने गल रखता से, वो कहें यार ठीक है, हाँ ठीक है, क्योंकि तुम लोगों तक जाओगे, उन्होंने गल करोगे, उन्होंने समझाओगे तो सब कुछ समझेंगे। जितने तुम गल कर रहे हो फ्रीबी की तो लोगों को गुमराह कर, देखो इतने भी दो गल् अलग अलग ने। पहली गल ये है कि आप समझिए कि सरकार टैक्स लेंदी है, सरकार लोगों का पैसा इकट्ठा करती है। ईवन एडम स्मिथ जो जिन्हों आप कैपिटलिज्म के फादर कहने, वो भी कहते हैं कि एजुकेशन, हेल्थ केयर ते सड़क, ये तीन चीज़ा सरकार करे, प्राइवेट ना हो। कैपिटलिस्ट दे वालों ये चीज़ आनी बहुत बड़ी है, ठीक है, ये वेल्थ ऑफ नेशंस लिखा उन्होंने। तो इहदा मतलब की, इहदा मतलब वो भी समझते सी कि ये चीज़ा प्राइवेट करेगा तो ये लोगों के बेसिक हक ने जोड़े उत्ते पिछड़ जाते। अपने समाज के अंदर लोगों को मालन्यूट्रिशन किन्ना, आप आटा दाल तो दे रहे हैं, आटे दाल के नाल कार्बोहाइड्रेट आ जाता, पर तुसी 5 साल तो छोटे बच्चे हो देखो जेडे 68% मालन्यूट्रिशन है। आप अपने किन्ने बच्चे मालन्यूट्रिशन के कारण बड़े उन्हों का मानसिक डिवेलपमेंट नहीं हो पाती, जेडे बच्चे आप सुपर पावर बन की गल कर, जे 5 साल तो छोटे बच्चे आप पोषण ही नहीं दे सकते, कि सुपर पावर की गल करते। मैं तो इस गल की बड़ी लड़ाई लड़दा, मैं चाहना कि कला आटा दाल ना हो, दाला भी हो, सब्जियां भी होर चीज़ा भी हो, क्योंकि न्यूट्रिशन बहुत जरूरी है, कला कार्बोहाइड्रेट ना कम नहीं चलने वाला। एब्सोल्युटली। सो कुछ कुछ चीज़ा जी आप सरकार कहने भी हमने कौन लेके आया सी, आटा दाल स्कीम पीडीएस सिस्टम कौन लेके आया सी, कांग्रेस लेके आई थी, MSP तो सरकारी खरीद कौन लेके आई सी, कांग्रेस लेके आई, राइट टू इन्फॉर्मेशन, राइट टू एजुकेशन कौन लेके आया, कांग्रेस लेके आया, जो केजरीवाल साहब ने दिल्ली च इंप्लीमेंट किया वो कागज़ तो कांग्रेस ने लिखा सीगा, पर वो कर पाए कुछ हद तक। आप देखते पंजाब च किवें करते हैं, 12,700 पिंड किवें करते हैं, तो मैं चाहूँगा कि हो जाए, आप तो चाहते हैं कि हो जाए, आप और चाहिए कि है गोल सेम है, बिल्कुल गोल सेम है, जे हो जाए तो बहुत वधिया, जे नहीं हो पाएगा तो आप आवाज़ चुका कि ऐ कर लो जी अकाउंटेबल ठहरावे। पर कलियां एजुकेशन ते हेल्थ केयर नहीं, हम दूसरे पास जाने कि कले लोगों को ये चीज़ा दे के सारे इस मसले का हल है, फिर रोज़गार कितने, फिर किसानी के मसलों का हल कितने, कि बाकी फसलों पर आप MSP सच नहीं दे सकते, कि डिवर्सिफिकेशन की राह पर आप नहीं चल सकते, कि सच्ची 20 साल पंजाब बंजर हो जाएगा, वह हल कि को। हाँ ठीक है, किसान एकता जिंदाबाद, जिंदाबाद है तो जिंदाबाद रहेगी, पर मैं चाहना कि इस नारे की जो आप गल करिए, आप अगली बारी पंजाब की किसानी के हल की गल करिए, पहला आप दिल्ली में गाला कट लिया, फिर आप किसी और गाला कट लिया, तो आप सिर्फ धरना ना दे, हम आप गल धरने पर आके बैठे तो बोलिए यार 10 करना किसी पता तो आप कर लेना, किमें आप खेती अगे लेके जाना, किमें आप सब्जियों उगाने अगे लेके जाना, किमें आप किसानों उन्हों का हक देना, किमें व्यापारियों के हथों हक लैके किसानों को दवाने। मेरा कहना यह है कि लड़ना तो किसी माड़ा बोलना बड़ा आसान है, किसानी अंदोलन की जो जित है उस जित को असल में लोगों के हक की जित बनाना जरूरी है, तो किसान एकता जिंदाबाद हो, किसान मजदूर एकता जिंदाबाद हो। हूँ आप कर पाने, तुम भगत सिंह की आप गल कर दें, आप उस गल को किन्नी डूंगाई ना कर रहे। बाबा साहब भीम राव अंबेदकर ने साडे देश का संविधान लिखा, उस संविधान से चलने वाली पार्टी है कांग्रेस। मैं बाबा साहब भीम राव अंबेदकर का आप बहुत बड़ा फैन हाँ, तुम उन्हों की किताबं पढ़िया होनगियां, एनालिशन ऑफ कास्ट पढ़ी हो, तुम उन्हों की समझ देखो समाज में लैके, वो गल करते हैं समाजिक बदलाव लियाने वास्ते राजनीतिक बदलाव लियाने की लड़ है। आप राजनीति क्यों आए हैं कि आप समाजिक बदलाव लिया पाइए। आप भगत सिंह की गल करते हैं, आप भगत सिंह की सोच की गल करते हैं कि भगत सिंह को मसलों के हल से वो हल किवें करने लागू। आप लड़ाई लड़ी है, कली पीली पग की लड़ाई ना लड़ी है, क्योंकि बहुत लोग तो यह कहते हैं कि पग भगत सिंह चिट्टी बनते थे, कुछ लोगों ने वह रंग पीला कर, आप थोड़ा वो भी रिसर्च करिए कि भगत सिंह पग कि रंग बनते। आप असल की गल करिए कि भगत सिंह की सोच की सी, लिखता की सी, कि आप इंप्लीमेंट कर रहे हैं या कली फोटो ला रहे हैं, क्योंकि फोटो तो असं बड़े दिनों तो लाई। मैं चाहना कि फोटो भावें ना लो, भगत सिंह की सोच की राह पर चल ली, क्योंकि जे पंजाब बचाना है तो हूँ बहुत जरूरी है, जे आ मौका भी आप गवाता तो आप नहीं कर पाव। आई लव हाउ यू सैड कि आप पहली भी रिसर्च कर लिए कि
ਭਗਤ ਸਿੰਘ ਪੱਗ ਕਿਹੜੀ ਬੰਨਦੇ ਸੀਗੇ ਇਟਸ ਅ ਅਗੇਨ ਬ੍ਰਿਲੀਅੰਟ ਐਨਾਲੋਜੀ ਐਂਡ ਟੋਟਲੀ ਅਗਰੀ ਵਿਦ ਯੂ ਔਨ ਦਿਸ ਕਿ ਆਈਡੀਓਲੋਜੀ ਬਿਕੋਜ਼ ਬਹੁਤ ਵਾਰੀ ਯੂ ਨੋ ਲੋਕ ਕਹਿੰਦੇ ਨਾ ਕਿ ਜੇ ਤੁਸੀਂ ਅਸਲੀ 'ਚ ਸਿੱਖਣਾ ਤਾਂ ਯੂ ਗੋ ਟੂ ਦਾ ਲਿਟਰੇਚਰ ਜੋ ਲੋਕਾਂ ਨੇ ਲਿਖਿਆ ਜਿਵੇਂ ਐਜ਼ ਏ ਸੈਡ ਕਿ ਬੀ ਆਰ ਅੰਬੇਦਕਰ ਜੀ ਨੇ ਜੋ ਲਿਟਰੇਚਰ ਲਿਖਿਆ ਜੋ ਓਰੀਜਨਲ ਲਿਟਰੇਚਰਸ ਹੈ ਉਹਨਾਂ ਨੂੰ ਪੜ੍ਹ ਕੇ ਹੀ ਵੀ ਕੈਨ ਯੂ ਨੋ ਟਰੂਲੀ ਅੰਡਰਸਟੈਂਡ ਕਿ ਉਹਨਾਂ ਦੀ ਆਈਡੀਓਲੋਜੀ ਕੀ ਸੀ ਬਿਕੋਜ਼ ਉਸ ਤੋਂ ਬਾਅਦ ਜੋ ਵਰਕਸ ਹੈ ਜਾਂ ਆਪਣੀ ਹਿਸਟਰੀ ਬੁੱਕਸ 'ਚ ਉਹ ਕਾਫੀ ਫਿਲਟਰਸ 'ਚੋਂ ਹੋ ਕੇ ਉਹ ਕਾਫੀ ਟਰਾਂਸਲੇਸ਼ਨ ਤੋਂ ਬਾਅਦ ਆਪਣੇ ਤੱਕ ਪਹੁੰਚਦੇ ਹੈ ਰਾਈਟ ਅਗੇਨ ਬ੍ਰਿਲੀਅੰਟ ਲਵ ਦਾ ਯੂ ਨੋ ਹਾਊ ਯੂ ਸੈਡ ਕਿ ਪੱਗ ਕਿਹੜੀ ਬੰਦੇ ਸੀ ਉਹਦੀ ਰਿਸਰਚ ਕਰ ਲਈਏ ਸਮਿਥ ਕੁਡ ਯੂ ਆਈਡੈਂਟੀਫਾਈ ਕਿ ਸਭ ਤੋਂ ਪ੍ਰੋਬਲਮ ਸਭ ਤੋਂ ਵੱਡੀ ਪ੍ਰੋਬਲਮ ਹੈ ਕੀ ਪੰਜਾਬ ਦੀ ਥਰੂ ਆਲ ਦਾ ਵਰਕਸ ਦੈਟ ਯੂ ਹੈਵ ਡਨ ਥਰੂ ਦਾ ਈਅਰਸ ਐਂਡ ਦੈਟ ਯੂ ਆਰ ਗੋਨਾ ਕੰਟੀਨਿਊ ਟੂ ਡੂ ਦੈਟ ਕੁਡ ਯੂ ਆਈਡੈਂਟੀਫਾਈ ਕਿ ਇੱਕ ਮੇਨ ਲਾਈਕ ਨੋ ਜਿਹਦੇ ਤੋਂ ਬਾਕੀ ਪ੍ਰੋਬਲਮ ਅਰਾਈਜ਼ ਹੁੰਦੀਆਂ ਦੇਖੋ ਜਿਹੜਾ ਪੰਜਾਬ ਦਾ ਯੂਥ ਹੈ ਨਾ ਉਹ ਆਪਣੇ ਆਪ 'ਚ ਉਹਨੂੰ ਮਹਿਸੂਸ ਨਹੀਂ ਹੁੰਦਾ ਕਿ ਮੇਰੇ ਕੋਲ ਮੇਰੇ ਹੱਕ ਨੇ ਅਧਿਕਾਰ ਨੇ ਅਤੇ ਮੈਂ ਆਜ਼ਾਦ ਹਾਂ ਬਹੁਤ ਲੋਕ ਨਾ ਇਸ ਚੀਜ਼ ਨੂੰ ਗੁੰਮਰਾਹ ਕਰਕੇ ਉਹਨੂੰ ਗਲਤ ਰਾਹ ਪਾਉਣ ਨੂੰ ਬੜਾ ਤਿਆਰ ਰੱਖਦੇ ਨੇ ਕਿਉਂਕਿ ਆਪਣਾ ਬੜਾ ਹੀ ਇੰਥੂਜ਼ਿਆਸਟਿਕ ਯੂਥ ਹੈ ਉਹਦੇ ਬੜੀ ਜਾਨ ਆ ਕੋਈ ਕਹਿੰਦਾ ਇਹਨੂੰ ਖਾਲਿਸਤਾਨ ਦੀ ਰਾਹ 'ਤੇ ਤੋਰ ਲਓ ਕੋਈ ਕਹਿੰਦਾ ਇਹਨੂੰ ਗੁੰਡਾਗਰ ਦੀ ਰਾਹ 'ਤੇ ਤੋਰ ਲਓ ਕੋਈ ਕਹਿੰਦਾ ਇਹਨਾਂ ਨੂੰ ਗੈਂਗਸਟਰ ਬਣਾ ਲਓ ਕਿਉਂ ਬਣਦਾ ਇਨਸਾਨ ਕਿਉਂ ਚੱਲਦਾ ਉਸ ਰਾਹ 'ਤੇ ਕਿਉਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਮਿੱਕੀ ਮੇਰੇ ਕੋਲ ਮੇਰੇ ਹੱਕ ਹੈਗੇ ਨੇ ਕਿ ਮੇਰੇ ਮਾਂ ਬਾਪ ਕੋਲ ਮੇਰੇ ਹੱਕ ਹੈਗੇ ਨੇ ਜਾਂ ਮੈਨੂੰ ਪੜ੍ਹਾਈ ਨਹੀਂ ਮਿਲ ਰਹੀ ਮੈਨੂੰ ਹੈਲਥ ਕੇਅਰ ਨਹੀਂ ਮਿਲ ਰਿਹਾ ਮੇਰੀ ਕਿਸਾਨੀ ਡੁੱਬਦੀ ਜਾਂਦੀ ਮੈਂ ਕਰਨਾ ਕਿੱਥੇ ਮੈਂ ਕਨੇਡਾ ਭੱਜਾਂ ਮੈਂ ਕਰਾਂ ਅਤੇ ਫਿਰ ਬੰਦਾ ਆਸਾਨ ਰਸਤਾ ਲੱਭਦਾ ਜੋਸ਼ੀਲਾ ਰਸਤਾ ਲੱਭਦਾ ਕਹਿੰਦਾ ਚੱਕ ਦੇਵਾਂਗੇ ਧਰ ਦਿਆਂਗੇ ਠੀਕ ਹੈ ਤੁਸੀਂ ਉਸਨੂੰ ਜਿਸ ਤਰ੍ਹਾਂ ਦੇ ਏਰੀਏ 'ਚ ਹੈ ਜਿਸ ਤਰ੍ਹਾਂ ਦੇ ਉਹਨੂੰ ਲੀਡਰ ਮਿਲੇ ਜਿਸ ਤਰ੍ਹਾਂ ਦੀ ਉਸਨੂੰ ਸੰਗਤ ਮਿਲੀ ਉਹ ਉਸ ਤਰ੍ਹਾਂ ਦੇ ਰਾਹ 'ਤੇ ਪੈ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਪੰਜਾਬ ਦੇ ਯੂਥ ਨੂੰ ਜੇ ਆਪਾਂ ਰਾਹ 'ਤੇ ਨਹੀਂ ਪਾਇਆ ਨਸ਼ਿਆਂ ਤੋਂ ਹਟਾ ਕੇ ਸਪੋਰਟਸ ਦੀ ਰਾਹ 'ਤੇ ਨਹੀਂ ਪਾਇਆ ਉਹਨੂੰ ਉਹਦੇ ਹੁਨਰ ਨੂੰ ਚਮਕਾਉਣ ਦਾ ਮੌਕਾ ਨਹੀਂ ਦਿੱਤਾ ਉਹਨੂੰ ਜਿਹੜੀਆਂ ਡਿਗਰੀਆਂ ਉਹ ਕਰਕੇ ਆਇਆ ਉਹਦੇ ਨਾਲ ਦੀ ਰੋਜ਼ਗਾਰ ਨਹੀਂ ਮਿਲਿਆ ਜਾਂ ਜਿਸ ਤਰ੍ਹਾਂ ਦਾ ਰੋਜ਼ਗਾਰ ਜਿਸ ਏਰੀਆ 'ਚ ਹੈ ਉਸ ਤਰ੍ਹਾਂ ਦੀ ਡਿਗਰੀਆਂ ਉੱਥੇ ਕਿਉਂ ਨਾ ਮਿਲਣ ਉਹਨੂੰ ਸਹੀ ਸਕਿਲਿੰਗ ਨਾ ਮਿਲੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਆਪਾਂ ਤਾਂ ਫਿਰ ਉਹ ਤੋਂ ਕਿਸਾਨੀ ਵੀ ਨਹੀਂ ਕਰਾ ਸਕਦੇ ਉਹ ਖੇਤੀ ਕਰਨਾ ਹੀ ਨਹੀਂ ਚਾਹੁੰਦੇ ਆਪਾਂ ਉਹ ਤੋਂ ਵਪਾਰ ਵੀ ਨਹੀਂ ਕਰਾ ਸਕਦੇ ਦੇਖੋ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਦੁਨੀਆ ਅੱਜ ਚਾਈਨਾ ਵੀ ਸੈਲਫ ਇੰਪਲੋਇਮੈਂਟ ਦੀ ਗੱਲ ਕਰਦਾ ਅੱਜ ਚਾਈਨਾ ਵੀ ਰੋਜ਼ਗਾਰ ਨਹੀਂ ਦੇ ਪਾ ਰਿਹਾ ਆਪਣੀ ਪਾਪੂਲੇਸ਼ਨ ਓਕੇ ਕਿ ਆਪਾਂ ਉਹ ਸਕਿੱਲਸ ਦੇ ਪਾ ਰਹੇ ਹਾਂ ਆਪਣੇ ਯੂਥ ਨੂੰ ਕਿ ਉਹ ਆਪ ਰੋਜ਼ਗਾਰ ਖੜਾ ਕਰ ਸਕਣ ਕਿ ਉਹ ਰੋਜ਼ਗਾਰ ਦੇਣ ਵਾਲੇ ਬਣ ਜਾਣ ਕਿ ਆਪਾਂ ਇਹੋ ਜਿਹੇ ਸਸਤੇ ਲੋਨ ਦੇ ਪਾ ਰਹੇ ਉਹਨਾਂ ਨੂੰ ਉਹ ਲੜਾਈ ਹੈ ਕਿ ਆਪਾਂ ਇੱਕ ਯੂਥ ਨੂੰ ਉਹਦੇ ਸਕਿੱਲ ਦੇ ਹਿਸਾਬ ਨਾਲ ਸਮਾਜ 'ਚ ਮੌਕਾ ਦੇ ਸਕਦੇ ਨਹੀਂ ਦੇ ਸਕਦੇ ਜਦੋਂ ਆਪਾਂ ਸਾਰੇ ਆਪਾਂ ਮੁਰਲਾ ਸੇਮ ਏਜ ਦੇ ਹਾਂ ਆਪਾਂ ਪੜ੍ਹਦੇ ਹੁੰਦੇ ਸੀ ਡੈਮੋਗ੍ਰਾਫਿਕ ਡਿਵੀਡੈਂਡ ਦੇ ਬਾਰੇ ਬੜੀ ਸਿੰਪਲ ਜੀ ਥਿਉਰੀ ਸੀਗੀ ਕਿ ਇੰਡੀਆ ਦਾ ਡੈਮੋਗ੍ਰਾਫਿਕ ਡਿਵੀਡੈਂਡ ਆਏਗਾ ਇਨ ਦੇਸ਼ ਦਾ ਇੰਨਾ ਯੂਥ ਹੋਏਗਾ ਸਭ ਤੋਂ ਜ਼ਿਆਦਾ ਪਰਸੈਂਟ ਦੇਸ਼ ਵਿੱਚ ਯੂਥ ਦੀ ਹੋਏਗੀ ਜਿਹੜੇ ਜਿਹੜੇ ਦੇਸ਼ ਅੱਗੇ ਤਰੱਕੀ ਵੱਲ ਵਧੇ ਨੇ ਉਹਨਾਂ ਨੇ ਯੂਥ ਨੂੰ ਸੰਭਾਲਿਆ ਆਪਾਂ ਵੀ ਸੰਭਾਲ ਲਈ ਆਪਾਂ ਹੁਣ ਰਿਐਲਿਟੀ ਦੇਖੀਏ ਹੋਇਆ ਕੀ ਹੈ 1980s 1990 ਤੱਕ ਜਦੋਂ ਦੇਸ਼ ਦੀ ਇਕੋਨਮੀ ਵੱਧਦੀ ਸੀ ਅਤੇ ਨਾਲ ਰੋਜ਼ਗਾਰ ਵੱਧਦਾ ਸੀ ਜਦੋਂ 2000 ਆਇਆ ਪੂਰੇ ਦੇਸ਼ ਦੀ ਗੱਲ ਹੈ ਜਦੋਂ 2000 ਆਇਆ ਅਤੇ ਜਦੋਂ ਇਕੋਨਮੀ ਵਧਣ ਲੱਗੀ ਅਤੇ ਰੋਜ਼ਗਾਰ ਬਰਾਬਰ ਜਿਹਾ ਹੋਣ ਲੱਗਿਆ ਵਧਣਾ ਘੱਟ ਕਰਕੇ ਇਕੋਨਮੀ ਲੋਕਾਂ ਦੀ ਜੇ ਪੈਸਾ ਆਉਂਦਾ ਸੀ ਪਰ ਰੋਜ਼ਗਾਰ ਨਹੀਂ ਵੱਧਦਾ ਪਲੈਟੀਵੇਟ ਕਰਕੇ ਜਦੋਂ 2010 ਆਏ ਪਿਛਲੇ 10 ਸਾਲਾਂ 'ਚ ਜਿਵੇਂ ਹੀ ਇਕੋਨਮੀ ਵਧੀ ਉਹਨਾਂ ਰੋਜ਼ਗਾਰ ਘਟਿਆ ਮਤਲਬ ਤੁਸੀਂ ਇੰਡਸਟਰੀ ਲਾ ਰਹੇ ਹੋ ਮਸ਼ੀਨਾਂ ਵਾਲੀ ਮਤਲਬ ਪੈਸੇ ਨਾਲ ਪੈਸਾ ਵੱਧ ਰਿਹਾ ਰੋਜ਼ਗਾਰ ਤਾਂ ਮਿਲ ਨਹੀਂ ਰਿਹਾ ਹੁਣ ਆਪਾਂ ਕਿਹੜੇ ਵੇਲੇ 'ਚ ਐਂਟਰ ਕਰਨ ਲੱਗੇ 45 ਸਾਲਾਂ 'ਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ 2019 ਹੋਈ ਦਿੱਲੀ ਵਿੱਚ ਪੰਜਾਬ ਤੋਂ 6 ਗੁਣਾ ਜ਼ਿਆਦਾ ਬੇਰੋਜ਼ਗਾਰੀ ਹੈ ਚਿਲਾ ਦਿਕਸੇ ਟਾਈਮ ਤੋਂ 6 ਗੁਣਾ ਜ਼ਿਆਦਾ ਬੇਰੋਜ਼ਗਾਰੀ ਹੈ ਮੈਂ ਇਕੱਲਾ ਇੱਕ ਸਰਕਾਰ 'ਤੇ ਇਲਜ਼ਾਮ ਨਹੀਂ ਲਗਾ ਰਿਹਾ ਪੂਰੇ ਦੇਸ਼ ਦੀ ਹਾਲਤ ਹੈ ਪੰਜਾਬ ਇਹ ਦੇਸ਼ ਤੋਂ ਦੁੱਗਣੀ ਬੇਰੋਜ਼ਗਾਰੀ ਹੈ ਜੇ ਆਪਾਂ ਉਸਦਾ ਹੱਲ ਨਹੀਂ ਕੱਢਾਂਗੇ ਯੂਥ ਨੂੰ ਮੌਕਾ ਨਹੀਂ ਦੇਵਾਂਗੇ ਯੂਥ ਨੂੰ ਅਪੋਰਚੁਨਿਟੀ ਨਹੀਂ ਦੇਵਾਂਗੇ ਉਹਨਾਂ ਨੂੰ ਰੋਜ਼ਗਾਰ ਕਰਨ ਦਾ ਮੌਕਾ ਨਹੀਂ ਮਿਲੂਗਾ ਰੋਜ਼ਗਾਰ ਬਣਾਉਣ ਦਾ ਮੌਕਾ ਨਹੀਂ ਮਿਲੂਗਾ ਅਤੇ ਫਿਰ ਪੰਜਾਬ ਦਾ ਕੋਈ ਹੱਲ ਨਹੀਂ ਹੋ ਸਕਦਾ ਆਪਾਂ ਉਹ ਅਸਲ ਡੂੰਘੇ ਮਸਲੇ ਦੇ ਹੱਲ ਵੱਲ ਵਧੀਏ ਮੈਂ ਇੱਕ ਗੱਲ ਹਮੇਸ਼ਾ ਸੋਚਦਾ ਮੈਂ ਚਾਹੂੰਗਾ ਥੋੜ੍ਹੇ ਦਰਸ਼ਕ ਵੀ ਸੋਚਣ ਅਤੇ ਤੁਸੀਂ ਵੀ ਸੋਚਣਾ ਜਦੋਂ ਕੋਈ ਇਨਸਾਨ ਕਿ ਕਹਿੰਦਾ ਨਾ ਕਿ ਮੈਂ ਇਸ ਨੂੰ ਜਾ ਕੇ ਵੋਟ ਪਾ ਕੇ ਆਉਣੀ ਤਾਂ ਉਸਨੂੰ ਵੋਟ ਨਹੀਂ ਪਾਉਣੀ ਉਹ ਜਿਹੜਾ ਕਾਰਨ ਮੂੰਹ 'ਤੇ ਰੱਖ ਕੇ ਫਿਰ ਰਿਹਾ ਆਪਾਂ ਵੀ ਜਿਹੜਾ ਕਾਰਨ ਮੂੰਹ 'ਤੇ ਰੱਖ ਕੇ ਫਿਰ ਰਹੇ ਉਹ ਜ਼ਿਆਦਾਤਰ ਸਮਾਜ ਨੂੰ ਦੱਸਣ ਵਾਲਾ ਕਾਰਨ ਹੁੰਦਾ ਸਾਡੇ ਮਨ ਦੇ ਅੰਦਰ ਕੋਈ ਨਾ ਕੋਈ ਦਰਦ ਬੈਠ ਰਿਹਾ ਸਾਡੇ ਮਨ ਦੇ ਅੰਦਰ ਕੋਈ ਦੁੱਖ ਮੈਠ ਜਾਂਦਾ ਕੋਈ ਇਮੋਸ਼ਨਲ ਚੀਜ਼ ਹੁੰਦੀ ਜਿਹੜੀ ਮਨ ਦੇ ਸਾਨੂੰ ਤੋੜ ਦਿੰਦੀ ਅਤੇ ਸਾਨੂੰ ਜੋਸ਼ ਦਿੰਦੀ ਵੀ ਆਹ ਕਰ ਹੁਣ ਮੈਂ ਕੁਛ ਵੀ ਕਹਿੰਦਾ ਲੋਕਾਂ ਨੂੰ ਬਾਹਰ ਜਾ ਕੇ ਆ ਸੀ ਉਹ ਸੀ ਚੱਕਤਾ ਧਰਤਾ ਕਿਤੇ ਨਾ ਕਿਤੇ ਪੰਜਾਬ ਦੇ ਯੂਥ ਦੇ ਅੰਦਰ ਕੋਈ ਨਾ ਕੋਈ ਕਾਰਨ ਤਾਂ ਆਇਆ ਮਨ ਦੇ ਅੰਦਰ ਕਿ ਯਾਰ ਇਸ ਕਾਰਨ ਨਹੀਂ ਕਰਨਾ ਇਹ ਉਮੀਦ ਲੈ ਕੇ ਆਇਆ ਮੇਰੇ ਸਿਰ 'ਤੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੇ ਮੈਂ ਇਹ ਮਸਲੇ ਸਮਝਦਾ ਇਹਨਾਂ ਦੇ ਹੱਲ ਸਮਝਦਾ ਮੇਰੇ ਸਿਰ 'ਤੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ
कि मैं समाज चलाने वाले लोगों को रिस्पोंसिबल रख सकता, आवाज चुक सकता, कह सकता भी यदि पहरेदारी कर सकता भी आ हो रहा कि नहीं हो रहा। क्योंकि जे आप महसूस हो रहा है कि यूथ के अंदर यह दर्द है तो आप जानते हैं कि आ दर्द पूरे पंजाब के यूथ को महसूस हो रहा है तो अपनी ये भी जिम्मेवारी बनती है ना कि आप इस समाज का हिस्सा होंगे वो लड़ाई लड़िए आप कही हल कटो यार नहीं निकलता चलो फिर किमें करिए बैठ के डिस्कस कर लेना सरकार तुम चलाओ कोई गल नहीं आप क्ढ़ी दसे पांच साल बर्बाद थोड़ी करने। मैं वो वाले लोगों च नहीं है कि जोड़ा हूँ ये सोचूंगा कि सरकार आ गई आप पांच साल बाद चक देंगे तर देंगे ज इन खिलाफ माहौल मैं वो वाले लोगों चुँ जो पंजाब के यूथ का एक दिन बर्बाद नहीं हो देना चाहता। मैं इन्ने साल इसलिए मेहनत की कि मैं कुछ भला कर सकता तुम मेरे ना लगे वो लोग देखना जो मेरे ना जुड़े वो तुम दसनगे कि इन्ने साल में मैं कदे किसी का कोई नजायज़ काम नहीं किया किसी मैं तो कदे कोई मैं तो वो चीज़ा च ही नहीं पिया जो लोग ताकत कहते हैं। मेरे फादर साहब 10 साल MLA रहे एक गनमैन नहीं साढ़े घर तुम मेरे घर बैठे हो पंचकूले मैं किराए पर रह रहा मैं दिल्ली रहा नौकरी करता सेंट्रल गवर्नमेंट की नौकरी छड़ गया इंडिया वास्ते खेलता मैं छड़ गया मैं ऑक्सफर्ड पढ़िया मैं कितने भी जाके काम कर सकता मैं वापस पंजाब आया मैं इतने काम करना है ये मुश्किल मैं दिख रही है मैं आइडेंटिफाई कर पा रहा मेरा दिल इस मुश्किल देखता यदा हल कटना तो ये हल मैं कट के रहा ये मुश्किलों का हल कट करा मैं अपनी जवानी नाल नहीं खड़ सकता कितने खड़ा जाकर मैंने पता उन्होंने मन च की दर्द है मैंने पता उन्होंने बदलाव में वोट क्यों पाई पर ये मेरा काम बनता ना कि मैं भी उस गल की पहरेदारी देव कि हाँ भाई ईटी टीचर पक्के हो गए नहीं अच्छा क्यों करना अच्छा वो 30,000 crore देगा सैंड माइनिंग वाला मैं तो लभ रहा वेट कर रहा कि 30,000 crore सैंड माइनिंग चाहे क्योंकि पंजाब की सैंड माइनिंग सिर्फ 1200-1500 crore आ सकता है ये झूठ है बोलना सिर्फ एक लोगों दस के कहना लियावे उन्हें होना थोड़ी कितने होर थां है जितों 30-37,000 crore आ सकता मैं वेट कर रहा कि उन्होंने करे उस चीज़ उत्ते लड़ाई लड़ी है साल काम किया कितों लिया के आना लोगों को जाके दसागा लोगों को जाके बोलागा कि आ थोड़े हक ने जाके लीए आप ये 5 साल का मौका भी वेस्ट ना होने दी जे आप जवानी के नाल खड़ गए पंजाब की किसानी के नाल खड़ गए पंजाब के व्यापारी को पंजाब तो भजना दिता तो आप हर चीज़ ना खड़ गए ये तो बड़िया छोटिया गल्ला ने कि आ चकता तरता असल लड़ाई पंजाब नूं बचाने की लड़ाई है तो मेरे जीवन अजे तक लड़ाई शुरू हुई है अजे तो बड़ा लंबा सफर ये जो कोलैबोरेटिव अप्रोच है ना थोड़ी आई डोंट थिंक आई सीन एनी पॉलिटिशियन विद दिस काइंड ऑफ अप्रोच मैं जिन्हें भी इंटरव्यूज किए वास्त दम कि यू नो वाई नॉट मूव अहेड विद द कोलैबोरेटिव अप्रोच जिम्मे हम एक पार्टी जित गई चिल यू कैन कॉन्ट्रीब्यूट टू द यू नो टू द डिवेलपमेंट ऑफ पंजाब एंड जिमें तुम लाइक नो एंड एंड आई डोंट थिंक आई सीन एनी पॉलिटिशियन हू इज इट ओके इफ आई कॉल यू पॉलिटिशियन नहीं दस जो इन्ने डीपली साइकोलॉजी समझता है ऑफ द पब्लिक ऑफ द पीपल ऑफ द वोटर ठीक है मैं किसी इन्ने गहराई नाल इशूज़ नू या यू नो वॉट अ परसन गोज टू जिम जिस क्या कि जो आप बोलते हैं वह सिर्फ कहन लिए होंगे कि दसन लिए होंगे कि इन वोट पानी इन क्यों नहीं वोट पानी बट देर समथिंग डीपर इन साइड दैट दैट मस्ट हैव हैपेंड मैं पिंड जाता सी ते किसी पिंड 800 बंदा वो पिंड ने बंद ने मैं बुलाया वो बैठ के मेरी गल सुन रहा उस तो 51 वोटा निकलिया अब बवराज खड़ा इन पता मैं कहता सी आप 18,000 तो उपर वोट नहीं पा क्यों नहीं पैंती क्योंकि यूथ जोड़ा है ये बदलाव मंग रहा है ये कहें यार देख लै सुन मैंने इसलिए आता कहें ये मुंडा बहुत वधिया ये बंदा चंगी गल्ला करता है ये सच बोल रहा है ये इंसाफ की गल करता है यही गल करता जो असं करते हैं मैं लोग आए कहें जी लड़ाई असं लड़ना चाहते ना तो वही लड़ना है पर मैं कहते लेट आए तुम 22 दिन पहला क्यों आए तुम इस पार्टी क्यों आए मैं क्या इस पार्टी में इस करके आया जो क्योंकि ये पार्टी देश के संविधान की पार्टी है जे देश को बचाना है तो गरीब के नाल खड़न वाली पार्टी को बचाना पड़ेगा देश की डेमोक्रेसी को बचाना पड़ेगा तो सैकुलरिज्म को बचाना पड़ेगा यह सर्वसम्मति सर्वसांझे विकास की लड़ाई है इतने वंड तोड़ करने वालों हराना पड़ेगा कुछ लीडर गलत हो सकते हैं कुछ बंदे गलत हो सकते हैं पर मैं सोच वास्ते लड़ना आया तो मेरी यह सोच की लड़ाई है उस सोच के खिलाफ लड़ाई है जो इस देश को मनना चाहती सानू तोड़ना चाहती है मैं इस करके खड़ा तो मैं थोड़ी मुश्किलों को समझदा यदा मेरे दिल दर्द है जब मेरे को कोई ताकत नहीं सी मैं इसकी लड़ाई लड़ रहा तुसी जो ताकत दोगे तुम्हें महसूस होएगा कि उस 10 गुना ज्यादा लड़ागा उन्होंने जिनी ताकत बख्शी उन्होंने जिन्ना मान बख्शा मेरी तो पूरी इलेक्शन लोगों ने लड़ी है जिन्ना खर्चा होया लोगों ने दिता मैं लगता किन्ने लोग आके मैं कहते यार तू लड़ तू कर क्योंकि अच्छे मैं एक समाज की एक आवाज़ हाँ एक यूथ की आवाज़ हाँ
ਮੈਨੂੰ ਪਤਾ ਹੈ ਕਿ ਇਹ ਮਸਲੇ ਨੇ ਅਤੇ ਮੈਂ ਉਹ ਆਵਾਜ਼ ਕਿਵੇਂ ਨਾ ਚੁੱਕਾਂ, ਮੈਂ ਕਿਵੇਂ ਸ਼ੂਟਿੰਗ ਕਰਦਾ ਰਹਾਂ, ਮੈਂ ਕਿਵੇਂ ਸੈਂਟਰ ਗਵਰਨਮੈਂਟ 'ਚ ਆਪਣੀ ਨੌਕਰੀ ਕਰਦਾ ਰਹਾਂ, ਮੈਂ ਕਿਵੇਂ ਪੜ੍ਹਾਂ ਕਿ ਮੈਂ ਆਕਸਫੋਰਡ ਤੋਂ ਪੜ੍ਹ ਲਿਆ ਕਿ ਹੁਣ ਮੈਂ ਵਰਲਡ ਬੈਂਕ 'ਚ ਨੌਕਰੀ ਲੈ ਲਾਂ। ਮੈਨੂੰ ਤਾਂ ਪਤਾ ਹੈ ਕੀ ਮਸਲਾ ਹੈ, ਮੈਨੂੰ ਪਤਾ ਹੈ ਹੱਲ ਕਰਨਾ ਬਹੁਤ ਜ਼ਰੂਰੀ ਹੈ, ਮੈਂ ਕਿਉਂ ਨਾ ਆ ਕੇ ਉਸਦੀ ਲੜਾਈ ਲੜਾਂ, ਮੈਂ ਇਸ ਕਰਕੇ ਲੜਨਾ ਹੈ। ਮੈਂ ਜਾਣਦਾ ਸੀ ਕਿ ਕੀ ਹਾਲਾਤ, ਪਰ ਮੈਂ ਵੀ ਸੋਚਦਾ ਸੀ ਕਿ ਮੈਂ ਤਾਂ ਆਪਣੀ ਜ਼ਿੰਦਗੀ ਜੋ ਪਾਇਆ ਸੰਘਰਸ਼ਾਂ ਪਾਇਆ, ਲੋਕਾਂ ਜਾਵਾਂਗਾ ਵਿਚਰਾਂ ਦਾ ਮੁਸ਼ਕਿਲਾਂ ਸਮਝਾਂਗਾ, ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲੇਗਾ। ਉਸ ਤੋਂ ਇਹ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਹੈ, ਬਹੁਤ ਲੰਬੀ ਲੜਾਈ ਲੜਾਂਗੇ। ਮੇਰੀ ਇੱਕ ਸੋਚ ਹੈ ਕਿ ਜਦੋਂ ਕੁਛ ਗਲਤ ਹੋ ਰਿਹਾ ਐਂਡ ਇਫ ਯੂ ਆਰ ਨਿਊਟਰਲ ਉਸ ਪੁਆਇੰਟ 'ਤੇ, ਇਟ ਮੀਨਸ ਯੂ ਆਰ ਸਾਈਡਿੰਗ ਵਿਦ ਦੀ ਓਪਰੈਸਰ, ਯੂ ਆਰ ਸਾਈਡਿੰਗ ਵਿਦ ਦ ਪਰਸਨ ਹੂ ਇਜ਼ ਔਰ ਦ ਆਰਗਨਾਈਜੇਸ਼ਨ ਔਰ ਹੂਐਵਰ ਇਜ਼ ਡੂਇੰਗ ਦ ਰੋਂਗ ਥਿੰਗ। ਐਂਡ ਆਈ ਥਿੰਕ ਤੁਸੀਂ ਉਹੀ ਸੇਮ ਗੱਲ ਦੱਸੀ ਕਿ ਨੋ ਹਾਊ ਕੁਡ ਆਈ ਹੈਵ ਟੇਕਨ ਅ ਜੋਬ ਇਨ ਵਰਲਡ ਬੈਂਕ ਔਰ ਹਾਊ ਕੁਡ ਆਈ ਹੈਵ ਕੰਟੀਨਿਊਡ ਮਾਈ ਸੈਂਟਰਲ ਗੌਰਮੈਂਟ ਜੋਬ ਜਦੋਂ ਇਹ ਸਭ ਹੋ ਰਿਹਾ ਸੀ। ਐਂਡ ਅਗੇਨ ਐਪਰੀਸ਼ੀਏਟਿੰਗ ਵੈਰੀ ਕਮੈਂਡੇਬਲ ਥਿੰਗ ਕਿ ਯੂ ਡਿਡ ਨੋਟ ਸਾਈਡ ਵਿਦ ਯੂਰ ਪ੍ਰੈਸਰ ਬਾਈ ਬੀਂਗ ਨਿਊਟਰਲ, ਯੂ ਕੇਮ ਹੇਅਰ, ਯੂ ਕੇਮ ਬੈਕ ਟੂ ਦ ਰੂਟਸ ਐਂਡ ਯੂ ਵਾਂਟਡ ਟੂ ਡੂ ਸਮਥਿੰਗ ਫੋਰ ਐਂਡ ਯੂ ਸਟਿਲ ਵਾਂਟ ਟੂ, ਯੂ ਆਰ ਸਟਿਲ ਹੈਵ ਅ ਲੌਂਗ ਵੇ ਟੂ ਗੋ ਫੋਰ ਪੰਜਾਬ। ਸਵਿਤ, ਸੋ ਯੂ ਨੋ ਜੋ ਮੈਂ ਕੁਐਸਚਨ ਪੁੱਛਿਆ ਸੀ ਕਿ ਵਾਟਸ ਦਾ ਬਿਗੈਸਟ ਪ੍ਰੋਬਲਮ ਦੈਟ ਯੂ ਕੁਡ ਆਈਡੈਂਟੀਫਾਈ, ਆਈ ਥਿੰਕ ਜੋ ਆਂਸਰ ਨਿਕਲ ਕੇ ਇਟਸ ਅਨਇੰਪਲੋਇਮੈਂਟ, ਰਾਈਟ? ਸੋ ਚਲੋ, ਇੱਕ ਦੇਸ ਔਫਕੋਰਸ ਐਨ ਐਲੀਮੈਂਟ ਆਫ ਪੋਲਿਸੀ ਮੇਕਰ ਜੋ ਇਹ ਚੇਂਜ ਕਰ ਸਕਦਾ, ਬਟ ਡੂ ਯੂ ਥਿੰਕ ਲਾਈਕ ਇੰਡੀਵਿਜੁਅਲਸ ਕਲੈਕਟਿਵਲੀ ਯੂ ਐਂਡ ਆਈ ਕੈਨ ਚੇਂਜ ਸਮਥਿੰਗ? ਬਿਲਕੁਲ, ਸਮਾਜ ਵਿੱਚ ਹਰ ਇਨਸਾਨ ਦਾ ਰੋਲ ਹੈ। ਪਹਿਲੀ ਗੱਲ ਤਾਂ ਆਪਾਂ ਸਮਝੀਏ ਕਿ ਆਪਾਂ ਸਾਰੇ ਪੋਲੀਟੀਸ਼ਨ ਆ। ਓਕੇ, ਯਾ, ਵੀ ਆਲ ਆਰ ਲੀਡਰਸ। ਬਿਲਕੁਲ, ਵੀ ਆਰ ਆਲ ਪੋਲੀਟੀਕਲ ਐਕਟਰਸ। ਇਹ ਸੋਚਣਾ ਕਿ ਮੈਂ ਇਸ ਗੱਲ 'ਤੇ ਕਮੈਂਟ ਨਹੀਂ ਕਰਾਂਗਾ, ਇਹ ਵੀ ਇੱਕ ਪੋਲੀਟੀਕਲ ਐਕਸ਼ਨ ਹੈ। ਓਕੇ, ਇਹ ਸੋਚਣਾ ਕਿ ਹੁਣ ਮੈਂ ਤਾਕਤ ਆ ਰਹੀ ਹੈ, ਇਹਨਾਂ ਦੀ ਹਵਾ ਚੱਲ ਰਹੀ, ਨਾ ਸਾਈਡ ਕਰ ਲਾਂਗਾ, ਵੀ ਪੋਲੀਟੀਕਲ ਐਕਸ਼ਨ ਹੈ। ਉਹਦੇ ਖਿਲਾਫ ਕਰਨਾ ਵੀ ਪੋਲੀਟੀਕਲ ਐਕਸ਼ਨ ਹੈ। ਜਦੋਂ ਆਪਾਂ ਸਮਾਜ 'ਚ ਹਾਂ, ਆਪਾਂ ਕੁਛ ਵੀ ਕਰ ਰਹੇ ਹਾਂ, ਆਪਾਂ ਇੱਕ ਪੋਲੀਟੀਕਲ ਐਕਸ਼ਨ ਕਰ ਰਹੇ ਹਾਂ, ਸਮਾਜ ਦੀ ਤਾਕਤ 'ਤੇ ਉਸ ਚੀਜ਼ ਦਾ ਪ੍ਰਭਾਵ ਹੈ। ਆਪਾਂ ਆਪਣੀ ਇਸ ਗੱਲ ਦੀ ਜ਼ਿੰਮੇਵਾਰੀ ਨੂੰ ਸਮਝੀਏ। ਚੁੱਪ ਰਹਿਣਾ ਇਜ਼ ਆਲਸੋ ਅ ਮੈਸੇਜ, ਇਟਸ ਐਨ ਐਕਸ਼ਨ। ਤੁਸੀਂ ਹਜ਼ਾਰ ਬੰਦੇ ਦੀ ਆਵਾਜ਼ ਨੂੰ 1,00,000 ਬੰਦੇ 'ਤੇ ਉੱਚੀ ਹਾਵੀ ਹੁੰਦੇ ਰਹੋ ਨਾ, ਚੁੱਪ ਰਹਿ ਕੇ। ਹੁਣ ਆਪਾਂ ਯੂਥ ਹਾਂ, ਆਪਣੇ ਕੋਲ ਐਨਰਜੀ ਹੈ, ਆਪਾਂ ਲੜ ਸਕਦੇ ਹਾਂ, ਅਤੇ ਆਪਾਂ ਕਿਉਂ ਨਾ ਪੰਜਾਬ ਦੇ ਹੱਕ ਦੀ, ਪੰਜਾਬ ਦੇ ਇਨਸਾਫ਼ ਦੀ ਲੜਾਈ ਲੜੀਏ, ਜੋ ਕਿ ਬੇਰੁਜ਼ਗਾਰੀ ਦੀ ਲੜਾਈ ਆ ਸਕਦੀ, ਜੋ ਕਿ ਪੰਜਾਬ ਦੇ ਯੂਥ ਨੂੰ ਉਹ ਬੇਸਿਕ ਫੈਸਿਲਿਟੀ ਦਵਾਉਣ ਦੀ ਲੜਾਈ ਹੈ ਕਿ ਮੇਰੀ ਪੜ੍ਹਾਈ ਕਿੱਥੇ ਹੈ, ਮੇਰਾ ਹੈਲਥ ਕੇਅਰ ਕਿੱਥੇ ਹੈ, ਮੇਰਾ ਹਸਪਤਾਲ ਕਿੱਥੇ ਹੈ, ਮੇਰੀ ਮਾਂ ਕਿਉਂ ਬਿਮਾਰ ਹੈ, ਉਹ ਕੋਲ ਪੈਸੇ ਕਿਉਂ ਨਹੀਂ, ਮੇਰੇ ਬਾਪੂ ਕਿਉਂ ਕਹਿੰਦਾ ਵੀ ਕਿਸਾਨੀ ਡੁੱਬੀ ਪਈ ਹੈ, ਪਾਣੀ ਨਿਕਲਦਾ, ਉਹਦਾ ਹੱਲ ਕਿਉਂ ਨਹੀਂ, ਹਰ ਵਪਾਰੀ ਪੰਜਾਬ ਛੱਡ ਕੇ ਕਿਉਂ ਭੱਜ ਰਿਹਾ। ਇਹ ਆਪਣੀ ਲੜਾਈ ਹੈ। ਹੁਣ ਇਸ ਲੜਾਈ ਨੂੰ ਆਪਾਂ ਲੜਨਾ ਚਾਹੁੰਦੇ ਹਾਂ, ਦਿਮਾਗ ਲਾ ਕੇ ਇਹਦਾ ਹੱਲ ਕੱਢਣਾ ਚਾਹੁੰਦੇ ਹਾਂ, ਸਿਸਟਮ ਜਾ ਕੇ ਇਹਨੂੰ ਬਦਲਣਾ ਚਾਹੁੰਦੇ ਹਾਂ, ਜਾਂ ਆਪਣੇ ਘਰ ਬੈਠਣਾ ਚਾਹੁੰਦੇ ਹਾਂ, ਜਾਂ ਇਹਨੂੰ ਛੱਡ ਕੇ ਜਾਣਾ ਚਾਹੁੰਦੇ ਹਾਂ, ਹਰ ਚੀਜ਼ ਦੀ ਪੋਲੀਟੀਕਲ ਐਕਸ਼ਨ ਹੈ। ਇਹ ਆਪਾਂ ਇਹ ਜੋ ਵੀ ਕਰਾਂਗੇ, ਆਪਾਂ ਇੱਕ ਐਜ਼ ਅ ਪੋਲੀਟੀਸ਼ਨ ਹੀ ਕਰ ਰਹੇ ਹਾਂ। ਮੈਂ ਤਾਂ ਚਾਹੁੰਦਾ ਕਿ ਪੰਜਾਬ ਦਾ ਇੱਕ ਇੱਕ ਯੂਥ ਆਪਣੇ ਹੱਥ 'ਚ ਰਿਸਪੋਂਸੀਬਿਲਟੀ ਲਏ। ਸਿਸਟਮ ਬਦਲਣ ਦੀ ਗੱਲ ਹੈ ਨਾ, ਉਹਨਾਂ ਨੇ ਬੜਾ ਅੱਛੀ ਸੋਚ ਨਾਲ ਇੱਕ ਸਿਸਟਮ ਬਦਲਣ ਦੀ ਗੱਲ ਕੀਤੀ ਹੈ। ਹੁਣ ਆਪਾਂ ਨਵੀਂ ਬਣੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ, ਆਪਾਂ ਇਹ ਹੱਕਾਂ ਦੀ ਪਹਿਰੇਦਾਰੀ ਕਰਦੇ ਹਾਂ, ਆਪਾਂ ਇਹ ਹੱਕਾਂ ਦੀ ਲੜਾਈ ਲੜਦੇ ਹਾਂ। ਪੁਰਾਣਾ ਟ੍ਰੈਡੀਸ਼ਨਲ ਪੋਲੀਟੀਸ਼ਨ ਦਾ ਬਿਲਕੁਲ ਨਹੀਂ, ਮੈਂ ਇੱਕ ਨਵੀਂ ਪੋਲੀਟਿਕਸ ਕਰਨਾ ਚਾਹੁੰਦਾ। ਮੈਨੂੰ ਪਤਾ ਹੈ ਕਿ ਇਹੀ ਪੋਲੀਟਿਕਸ ਹੈ ਜਿਹਦੇ ਨਾਲ ਪੰਜਾਬ ਦਾ ਬਦਲਾਅ ਆ ਸਕਦਾ। ਨਾ ਤਾਂ ਮੈਂ ਕੋਈ ਤਾਕਤ ਵਾਸਤੇ ਇਲੈਕਸ਼ਨ ਲੜ ਰਿਹਾ, ਅਤੇ ਨਾ ਹੀ ਕੋਈ ਪੈਸੇ ਕਮਾਉਣ ਵਾਸਤੇ ਲੜ ਰਿਹਾ। ਦੋਨੋਂ ਚੀਜ਼ਾਂ ਮੈਨੂੰ ਕੋਈ ਜ਼ਿਆਦਾ ਇੰਟਰਸਟ ਨਹੀਂ ਹੈਗਾ। ਤਾਕਤ ਦਾ ਮੈਂ ਕਰਾਂਗਾ, ਹੈ ਕੀ ਤਾਕਤ, ਇਹੀ ਜਾਣ ਲੈਣਾ ਕਿ ਕੋਈ ਤਾਕਤਵਰ ਨਹੀਂ ਹੈ, ਮੈਂ ਆਜ਼ਾਦ ਹਾਂ ਅਤੇ ਮੇਰੇ ਕੋਲ ਸਭ ਕੁਛ ਹੈ, ਇਸ ਤੋਂ ਕੋਈ ਤਾਕਤ ਹੀ ਨਹੀਂ ਹੈਗੀ। ਆਪਾਂ ਯੂਥ ਨੂੰ ਆਜ਼ਾਦ ਕਰਾਉਣਾ ਵੀ ਤੂੰ ਆਪਣੇ ਹੱਕ ਲੈ ਯਾਰ ਜਾ ਕੇ, ਕੌਣ ਹੈ ਫਿਰ ਤਾਕਤਵਰ, ਕਿਹਦੀ ਤਾਕਤ ਹੈ, ਡੰਡਾ ਕਿਹਦਾ ਚੱਲੂਗਾ, ਚੱਲਣਾ ਹੀ ਚਾਹੀਦਾ ਡੰਡਾ, ਕਿਸਦਾ ਵੀ ਨਹੀਂ ਚੱਲਣਾ ਚਾਹੀਦਾ, ਉਹ ਕੰਸੈਪਟ ਹੀ ਖਤਮ ਕਰਨਾ। ਅਤੇ ਆਪਾਂ ਸਾਰੇ ਪੋਲੀਟੀਸ਼ਨ ਆ, ਸਾਰੇ ਤਾਕਤਵਰ, ਇਹਦੇ ਤਾਕਤ ਦਾ ਜਾਂ ਪੈਸੇ ਕਮਾਉਣ ਦੀ ਕੋਈ ਇੱਛਾ ਨਹੀਂ, ਬਹੁਤ ਜ਼ਰੀਏ ਨੇ, ਮੈਂ ਅੱਜ ਵੀ ਬਹੁਤ ਕੁਛ ਕਰ ਸਕਦਾ, ਪਰ ਮੇਰਾ ਦਿਲ ਇਹ ਹੈ ਕਿ ਮੈਂ ਇਸ ਰਾਹ 'ਤੇ ਕੁਛ ਕਰਾਂ, ਦਿਲ ਇਹ ਹੈ ਕਿ ਪੰਜਾਬ ਦੀ ਮੁਸ਼ਕਲਾਂ ਦਾ ਹੱਲ ਕੱਢਾਂ। ਸਮਿਤ, ਬ੍ਰਿਲੀਅੰਟ ਆਂਸਰ। ਅਤੇ ਮੈਂ ਇੱਕ ਫਿਲੋਸਫੀ ਫੋਲੋ ਕਰਦਾ ਸਟੋਇਸਿਜ਼ਮ, ਅਤੇ ਇੱਕ ਪ੍ਰਿੰਸੀਪਲ ਹੈ ਕਿ ਯੂ ਕੰਟਰੋਲ ਐਵਰੀਥਿੰਗ ਦੈਟ ਇਜ਼ ਇਨ ਯੋਰ ਕੰਟਰੋਲ, ਜੋ ਜੋ ਤੁਸੀਂ ਕੰਟਰੋਲ ਕਰ ਸਕਦੇ ਹੋ, ਰਾਈਟ? ਮੇਰੇ ਐਕਸ਼ਨਸ, ਮੇਰੇ ਵੈਲਿਊਜ਼, ਮੇਰੇ ਇਮੋਸ਼ਨਸ, ਮੇਰੇ ਰਿਐਕਸ਼ਨਸ ਟੂ ਥਿੰਗਸ, ਰਾਈਟ? ਅਤੇ ਉਹ ਮੈਨੂੰ ਪੂਰੇ ਤਰ੍ਹਾਂ ਕੰਟਰੋਲ ਕਰਨੇ ਚਾਹੀਦੇ ਹੈ, ਉਹ ਨਾਲ ਮੈਨੂੰ ਆਪਣੀ ਮਾਸਟਰੀ ਹੋ ਜਾਏਗੀ। ਜੋ ਚੀਜ਼ਾਂ ਮੈਂ ਕੰਟਰੋਲ ਨਹੀਂ ਕਰ ਸਕਦਾ ਕਿ ਦੂਸਰੇ ਬੰਦੇ ਦਾ ਕੀ ਰਿਐਕਸ਼ਨ ਹੋਏਗਾ, ਜਾਂ ਇਲੈਕਸ਼ਨਸ ਦਾ ਉਹ ਲਈਏ ਤਾਂ ਮੈਂ ਲੋਕ ਮੈਨੂੰ ਵੋਟ ਪਾਉਣਗੇ ਕਿ ਨਹੀਂ, ਠੀਕ ਹੈ? ਤੁਸੀਂ ਜਾਂ ਮੈਂ, ਇਫ ਆਈ ਐਮ ਕੰਟੈਸਟਿੰਗ, ਮੇਰੇ ਹੱਥ 'ਚ ਹੈ ਕਿ ਮੈਂ ਆਪਣੀ ਵਿਜ਼ਨ ਦਿਖਾਵਾਂ, ਮੈਂ ਲੋਕਾਂ ਦੀ ਮਦਦ ਕਰਾਂ, ਵੋਟ ਪਏਗੀ ਨਹੀਂ ਉਹ ਮੇਰੇ ਹੱਥ 'ਚ ਨਹੀਂ, ਰਾਈਟ? ਤਾਂ ਯੂ ਕੰਟੈਸਟਡ ਇਲੈਕਸ਼ਨਸ ਨਾਓ, ਡੂ ਯੂ ਥਿੰਕ ਐਵਰੀਥਿੰਗ ਯੂ ਕੁੱਡ ਡੂ ਦੈਟ ਵਾਜ਼ ਇਨ ਯੋਰ ਪਾਵਰ, ਡਿਡ ਯੂ ਡੂ ਦੈਟ? ਦੇਖੋ, ਮੈਨੂੰ ਬਹੁਤ ਲੋਕ ਕਹਿੰਦੇ ਸੀ ਜੇ ਮੈਂ ਗਿਆ ਕਿ ਥੋੜ੍ਹੀਆਂ ਸਪੀਚਾਂ ਬੜੀਆਂ ਹੱਲ ਕੱਢ ਰਹੇ ਹੋ ਤੁਸੀਂ ਮੁਸ਼ਕਲਾਂ ਦੇ, ਲੋਕਾਂ ਨਾਲ ਗੱਲ ਕਰ ਰਹੇ ਹੋ, ਲੋਕਾਂ 'ਚ ਵਿਚਰ ਰਹੇ ਹੋ, ਬੜੇ
ਤੁਸੀਂ ਆਮ ਬੰਦੇ ਹੋ ਯਾਰ, ਪਹਿਲੀ ਗੱਲ ਤਾਂ ਤੁਸੀਂ ਗਨਮੈਨ ਵਗੈਰਾ ਭਜਾਏ ਕਿਉਂ ਨੇ, ਇਹਨੂੰ ਸਟੇਜ 'ਤੇ ਨਾਲ ਚਾੜੋ ਤਾਂ ਥੋੜ੍ਹੇ ਲੋਕਾਂ ਨੂੰ ਮਹਿਸੂਸ ਹੋ ਕੋਈ ਬੰਦਾ ਆਇਆ। ਫਿਰ ਮੈਨੂੰ ਕਹਿੰਦੇ ਸੀ ਕਿ ਤੁਸੀਂ ਉਹਨੂੰ ਠੋਕੋ ਥੋੜ੍ਹਾ ਜਿਹਾ, ਮੁਰਲੇ ਨੂੰ, ਓਪੋਨੈਂਟ ਨੂੰ, ਖਿਲਾਫ ਕਿਉਂ ਨਹੀਂ ਕਹਿੰਦੇ, ਕੱਢੋ ਕਮੀ ਉਹਦੀ। ਤਿੱਖੀ ਗੱਲ ਕਰੋ। ਮੈਂ ਕਿਹਾ ਯਾਰ ਦੇਖੋ, ਨਾ ਤਾਂ ਮੈਂ ਬੰਦੂਕਾਂ ਚੁਕਾਉਣ ਵਾਲਿਆਂ 'ਚੋਂ ਨਾ ਤਲਵਾਰਾਂ, ਉਹ ਸਭ ਗੁੰਮਰਾਹ ਕਰ ਰਹੇ, ਮੈਂ ਤਾਂ ਪੰਜਾਬ ਦੇ ਮਸਲੇ ਹੱਲ ਕਰਨ ਵਾਲਿਆਂ। ਮੈਨੂੰ ਪਤਾ ਹੈ ਕਿ ਇਹ ਜਿਹੜਾ ਚੱਕਣ ਲੱਗਿਆ ਨਾ, ਇਹਦੇ ਅੰਦਰ ਦਾ ਦਰਦ ਕੀ ਹੈ, ਉਹਦਾ ਬੇਰੁਜ਼ਗਾਰੀ ਦਾ ਦਰਦ ਹੈ, ਉਹਦੀ ਕਿਸਾਨੀ ਦਾ ਦਰਦ ਹੈ, ਉਹਦਾ ਹੱਲ ਕੱਢਣ ਵਾਲਿਆਂ 'ਚੋਂ ਹਾਂ। ਮੈਂ ਕਿਸੇ ਨੂੰ ਮਾੜਾ ਕਹਿਣ ਵਾਲਿਆਂ 'ਚੋਂ ਨਹੀਂ, ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ, ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ, ਕਿਸੇ ਦੀ ਆਲੋਚਨਾ ਨਹੀਂ ਕਰਨਾ ਚਾਹੁੰਦਾ। ਮੈਂ ਕੀ ਕਰਾਂਗਾ ਉਹ ਕਰਕੇ, ਤੁਸੀਂ ਮੈਨੂੰ ਥੋੜ੍ਹਾ ਥੋੜ੍ਹੀ ਉੱਚੀ ਨਾਰੇ ਲਾ ਦੋਗੇ, ਉਸ ਨਾਰੇ ਦਾ ਮੈਂ ਕੀ ਕਰਾਂਗਾ, ਉਹਦਾ ਪੰਜਾਬ 'ਤੇ ਕੀ ਅਸਰ ਹੈ। ਮੁਸ਼ਕਲਾਂ ਦਿਖ ਰਹੀਆਂ, ਉਹਨਾਂ ਦੇ ਹੱਲ ਕੱਢਣੇ, ਮੁਸ਼ਕਲਾਂ ਲੱਭਣੀਆਂ, ਉਹਨਾਂ ਦੇ ਹੱਲ ਕੱਢਣੇ। ਖੂਨਗਾ ਕਿਵੇਂ ਜੇ ਆਪਾਂ ਸਾਰੇ ਇਕੱਠੇ ਹੋ ਕੇ, ਸਾਰਾ ਸਮਾਜ ਹੁਣ ਮੁਸ਼ਕਲਾਂ ਦੇ ਹੱਲ ਕੱਢਣ ਲੱਗੇ, ਰਾਜਨੀਤਿਕ ਤਾਕਤ ਨੂੰ ਆਪਣੇ ਹੱਥ 'ਚ ਲੈ ਕੇ ਹੱਲ ਕੱਢਣ ਲੱਗੇ। ਮੈਂ ਲੋਕਾਂ ਦੇ ਨਾਲ ਖੜਾਂ, ਮੈਨੂੰ ਪਤਾ ਹੈ ਕਿ ਲੋਕਾਂ ਦੇ ਮਨ ਦੇ ਅੰਦਰ ਕੀ ਹੈ। ਮੈਂ ਚਾਹੁੰਦਾ ਲੋਕ ਮੂਹਰੇ ਲੱਗ ਕੇ ਚੱਲਣ, ਲੋਕਾਂ ਨੇ ਆਹ ਫੈਸਲਾ ਲਿਆ, ਬਹੁਤ ਅੱਛਾ ਫੈਸਲਾ, ਠੀਕ ਹੈ, ਤੁਹਾਨੂੰ ਅੱਛਾ ਲੱਗਦਾ ਕਰੋ, ਆਪਾਂ ਪਹਿਰੇਦਾਰੀ ਕਰਾਂਗੇ, ਆਪਾਂ ਦੇਖਾਂਗੇ ਕਿ ਸਾਰੇ ਮਸਲੇ ਹੱਲ ਹੁੰਦੇ ਕਿ ਨਹੀਂ ਹੁੰਦੇ, ਆਪਾਂ ਵੀ ਦੱਸਾਂਗੇ ਕਿ ਆਹ ਵਾਲਾ ਥੋਤੋਂ ਨਹੀਂ ਹੋ ਰਿਹਾ ਜੀ, ਐਂ ਕਰ ਲਓ। ਜੇ ਨਹੀਂ ਹੋ ਪਾਇਆ ਫਿਰ ਲੋਕਾਂ ਜਾਵਾਂਗੇ, ਤੁਹਾਨੂੰ ਕਹਾਂਗੇ ਹੁਣ ਹੋ ਗਿਆ, ਹੁਣ ਐਂ ਕਰ ਲਈਏ ਜੀ, ਹੁਣ ਤੁਸੀਂ ਕਰ ਲਿਓ ਆਪ, ਉਹਨਾਂ ਤੋਂ ਕਰਾਉਣਾ। ਅਸਲ ਵਿੱਚ ਹਰ ਪਿੰਡ ਦੀ ਤਾਕਤ, ਹਰ ਵਾਰਡ ਦੀ ਤਾਕਤ ਲੋਕਾਂ ਨੂੰ ਵਾਪਸ ਦੇਣੀ ਹੈ। ਇਹ ਫੈਸਲਾ ਉਹੀ ਲੈ ਸਕਦੇ ਨੇ। ਚੰਡੀਗੜ੍ਹ 'ਚ ਬੈਠਾ ਬੰਦਾ ਕਿਵੇਂ ਫੈਸਲਾ ਲਊਗਾ ਕਿ ਬਨਵਾਰੇ ਪਿੰਡ 'ਚ ਇਨਸਾਫ ਹੈ ਹੋਣਾ, ਜਾਂ ਪਿੰਡ 'ਚ ਬੈਠਾ ਕਿਵੇਂ ਬੰਦਾ ਕੋਈ ਫੈਸਲਾ ਲਊਗਾ ਕਿ ਰਸੋਈ ਪਿੰਡ 'ਚ ਹੋਏਗਾ, ਜਿਵੇਂ ਮਤਲਬ ਕਿਵੇਂ ਕਿਸੇ ਕੋਈ ਵੀ ਰਾਜ ਕਰਨ ਵਾਲਾ ਬੰਦਾ ਕਿਵੇਂ ਫੈਸਲਾ ਲਏਗਾ, ਲੋਕਾਂ ਦੀ ਆਵਾਜ਼ ਸੁਣ ਕੇ ਫੈਸਲੇ ਲੈ ਸਕਦਾ ਨਾ। ਸੋ ਜਿਹੜੀ ਪੋਲੀਟਿਕਸ ਹੈ, ਇਹ ਇੱਕ ਲੰਬਾ ਸਫ਼ਰ ਹੈ, ਇਹ ਇੱਕ ਇਲੈਕਸ਼ਨ ਦਾ ਵਿਆਹ ਨਹੀਂ ਪ੍ਰੋਸੈਸ ਕਿ ਸਾਰੇ ਆਏ ਅਤੇ ਨੱਚੇ ਗਾਏ ਅਤੇ ਵਧੀਆ ਦੇ ਗਾਣੇ ਲੱਗੇ ਅਤੇ ਮੁੱਕ ਗਿਆ। ਜਰਨੀ ਹੈ, ਡੈਸਟੀਨੇਸ਼ਨ ਨਹੀਂ ਹੈ। ਬਿਲਕੁਲ, ਇਹਦਾ ਤਾਂ ਬਹੁਤ ਲੰਬਾ ਸਫ਼ਰ ਹੈ। ਆਪਾਂ ਸਾਰੇ ਪੰਜਾਬ ਦੇ ਉਸ ਭਲੇ ਵਾਸਤੇ, ਦੇਸ਼ ਦੇ ਭਲੇ ਵਾਸਤੇ, ਦੁਨੀਆਂ ਦੇ ਭਲੇ ਵਾਸਤੇ ਕੁਛ ਨਾ ਕੁਛ ਪਾ ਕੇ ਜਾਣਾ, ਆਪਣੀ ਚੰਗੀ ਨੀਅਤ ਨਾਲ ਪਾ ਕੇ ਜਾਣਾ, ਜਿੰਨਾ ਜੀ ਤੋਂ ਪੈਂਦਾ ਪਾ ਲਓ, ਕੋਈ ਕੰਪਟੀਸ਼ਨ ਥੋੜ੍ਹੀ। ਸੁਮਿਤ, ਮੇਰੇ ਲਾਸਟ ਦੋ ਕੁਐਸਚਨਸ ਹੈ ਤੁਹਾਡੇ ਲਈ, ਤੁਹਾਡਾ ਇਮੀਡੀਏਟ ਐਕਸ਼ਨ ਆਫ ਪਲਾਨ ਕੀ ਹੈ ਇਸ ਤੋਂ ਬਾਅਦ? ਉਹ ਇਮੀਡੀਏਟ ਐਕਸ਼ਨ, ਹਜੇ ਤਾਂ ਬਹੁਤ ਲੋਕ ਨੇ ਜਿਹਨਾਂ ਨਾਲ ਮਿਲਣਾ ਚਾਹੁੰਦਾ, ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਹੈ। ਮੈਂ ਕਦੇ ਸੋਚ ਵੀ ਨਹੀਂ ਸਕਦਾ ਲਾਈਫ 'ਚ ਕਿ ਇਹ ਲੋਕ ਆ ਕੇ ਮੇਰੇ ਨਾਲ ਖੜਨਗੇ। ਹੁਣ ਆ ਕੇ ਕਹਿੰਦੇ ਸੀ ਵੀ ਯਾਰ ਤੇਰੀ ਸੋਚ ਨਾਲ, ਤੇਰੇ ਕਿਰਦਾਰ ਨਾਲ ਆ ਕੇ ਖੜੇ ਹਾਂ। ਮੈਂ ਉਹਨਾਂ ਨਾਲ ਜਾ ਕੇ ਧੰਨਵਾਦ ਕਰਨਾ ਚਾਹੁੰਦਾ, ਮਿਲਣਾ ਚਾਹੁੰਦਾ, ਇਸ ਵਕਤ ਪਿੰਡਾਂ ਜਾਊਂਗਾ, ਆਪਣੇ ਸਾਰੇ ਹਲਕੇ ਜਾਊਂਗਾ, ਬੂਥ ਬੂਥ ਜਾਊਂਗਾ। ਉਸ ਤੋਂ ਬਾਅਦ ਜਿਹੜੀ ਮੇਰੀ ਇਹ ਲੜਾਈ ਹੈ, ਜਿਹੜੀ ਆਪਣੀ ਸਾਰਿਆਂ ਦੀ ਲੜਾਈ ਹੈ, ਇਸ ਨੂੰ ਲੜਦੇ ਰਹਾਂਗੇ। ਤੁਹਾਨੂੰ ਪਤਾ ਚੱਲਦਾ ਰਿਹਾ ਕਿਵੇਂ ਲੜ ਰਹੇ। ਐਂਟਾ ਇਨਕਿਵੈਂਸੀ ਦੇ ਟਾਈਮ ਵੀ ਇੰਨੇ ਲੋਕ ਤੁਹਾਡੇ ਨਾਲ ਖੜੇ, ਆਈ ਥਿੰਕ ਇਹ ਟੈਸਟਮੈਂਟ ਹੈ ਕਿ ਯੂ ਨੋ ਹਾਊ ਯੂ ਕੁਡ ਐਕਚੁਅਲੀ ਰੀਚ ਆਊਟ ਟੂ ਦਾ ਪਬਲਿਕ ਐਂਡ ਅਗੇਨ ਅਪਰੀਸ਼ੀਏਟਿੰਗ ਔਨ ਦੈਟ। ਅਸੀਂ ਆਪ ਹੀ ਪਬਲਿਕ ਹਾਂ ਯਾਰ, ਅਸੀਂ ਤਾਂ ਪਹੁੰਚ ਹੀ ਜਾਣਾ ਸੀਗਾ, ਹੁਣ ਵੀ ਪਹੁੰਚ ਜਾਵਾਂਗਾ। ਮੈਂ ਤਾਂ ਕਹਿੰਦਾ ਮੈਨੂੰ ਜਿੱਥੇ ਮਰਜ਼ੀ ਵੜ ਲਓ। ਜਿਹੜੇ ਪਿੰਡ ਇੱਕ ਵਾਰੀ ਨਾ ਮੇਰੇ ਆਫਿਸ ਇੱਕ ਬੰਦੇ ਨੇ ਫੋਨ ਕੀਤਾ, ਇੱਕ ਪਿੰਡ, ਅਤੇ ਕਹਿੰਦੇ ਮੈਂ ਉੱਥੇ ਆਉਣਾ ਚਾਹੁੰਦਾ, ਅਤੇ ਉੱਥੇ ਕਾਂਗਰਸ ਵਰਕਰ ਕਹਿੰਦਾ ਵੀ ਸਾਡੇ ਨਾਲ ਉਹ ਸਾਤੋਂ ਕੋਈ ਬੰਦਾ ਨਹੀਂ ਜੁੜਨਾ ਇੱਥੇ। ਮੈਨੂੰ ਪ੍ਰੈਕਟੀਕਲੀ ਇਹ ਗੱਲ ਦੱਸ ਰਿਹਾ, ਉਹਦੀ ਵੀਡੀਓ ਪਈ ਹੈ ਫੇਸਬੁੱਕ ਤੇ। ਕਹਿੰਦਾ ਕਹਿੰਦਾ ਅੱਛਾ, ਕਹਿੰਦਾ ਇੱਥੇ ਕੋਈ ਬੰਦਾ ਨਹੀਂ ਜੁੜਨਾ, ਹੈ ਤਾਂ ਬੰਦੇ ਚਾਰ ਨੇ ਇਕੱਠੇ ਹੋਣੇ। ਅਗਲੀ ਵਾਰੀ ਫੋਨ ਕੀਤਾ, ਉਹਨੇ ਫੋਨ ਸਵਿੱਚ ਆਫ ਕਰ ਲਿਆ ਕਿ ਕਾਂਗਰਸ ਵਰਕਰ ਦਾ ਦਿਲ ਦੁਖਿਆ ਹੋਇਆ, ਜਿਹੜਾ ਇਸ ਪਾਰਟੀ 'ਚ ਮੰਨਦਾ। ਉਹ ਕਹਿੰਦਾ ਮੈਂ ਤਾਂ ਤੁਹਾਡੇ ਨਾਲ ਹਾਂ, ਉਹਨੇ ਤਾਂ ਬੰਦੇ ਨਹੀਂ ਹੋਣੇ, ਮੈਂ ਫੋਨ ਬੰਦ ਕਰ ਰਿਹਾ। ਮੈਂ ਉਸ ਪਿੰਡ ਪਹੁੰਚਿਆ, ਮੈਨੂੰ ਡੇਢ ਘੰਟਾ ਲੱਗਿਆ, ਮੈਂ ਹਰ ਘਰ 'ਚ ਵੜ ਗਿਆ, ਘਰੋਂ ਲੋਕ ਬਾਹਰ ਨਿਕਲਿਆ, ਕਿਸ ਦੇ ਘਰੇ ਬੈਠਿਆ, ਉਹਦੇ ਚੁੱਲ੍ਹੇ ਚਾਰ ਰੋਟੀਆਂ ਸੀਗੇ, ਇੱਕ ਮੈਂ ਖਾ ਲਈ, ਇੱਕ ਉਹਨੇ ਖਾ ਲਈ, ਇੱਕ ਉਹਦੇ ਦੋ ਪਰਿਵਾਰ ਵਾਲਿਆਂ ਨੇ ਖਾ ਲਈਆਂ। ਮੈਂ ਉਹਦੀਆਂ ਗੱਲਾਂ ਸੁਣੀਆਂ, ਉਹਦੀਆਂ ਮੁਸ਼ਕਲਾਂ ਸਮਝੀਆਂ, ਕਰਦੇ 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 ਇਕੱਠਾ ਹੋ ਗਿਆ। ਮੈਂ ਕੁਰਸੀ ਚੱਕੀ, ਕੁਰਸੀ 'ਤੇ ਖੜਾ ਹੋਇਆ, ਜੋ ਮੇਰੇ ਦਿਲ ਸੀ ਮੈਂ ਉਹਨਾਂ ਨੂੰ ਬੋਲਿਆ, ਜੋ ਉਹਨਾਂ ਦੇ ਦਿਲ ਸੀ ਉਹਨਾਂ ਨੇ ਮੈਨੂੰ ਬੋਲਿਆ। ਸਾਡੇ ਦਿਲ ਦਰਦ ਹੋਈ ਸੀ, ਉਹ ਵਾਪਸ ਮੈਨੂੰ ਆਪਣੇ ਘਰ ਘਰ ਲੈ ਕੇ, ਕੋਈ ਆਪਣੇ ਘਰ ਚਾਹ ਪਿਲਾ ਰਿਹਾ, ਕੋਈ ਮਿਠਾਈ ਖਿਲਾ ਰਿਹਾ, ਅਤੇ ਕਹਿੰਦੇ ਵੀ ਤੇਰੀ ਸੋਚ ਨਾਲ ਖੜੇ ਯਾਰ। ਇਹਦੇ ਵਿੱਚ ਇਹ ਤਾਂ ਸਾਡਾ ਸਾਰਿਆਂ ਦਾ ਸੰਘਰਸ਼ ਹੈ। ਮੈਂ ਉਹਨਾਂ ਦੀ ਗੱਲ ਤੋਂ ਕਿੰਨਾ ਕੁਛ ਸਿੱਖਿਆ ਹੋਊਂਗਾ, ਉਹ ਮੇਰੇ ਜ਼ਿੰਦਗੀ 'ਚ ਕਿੰਨਾ ਕੁਛ ਐਡ ਕਰੇਗਾ, ਮੈਨੂੰ ਸਮਝ ਆਇਆ ਉਹਨੂੰ, ਉਹਦੇ ਨਾਲ ਮੈਂ ਕਿੰਨਾ ਭਲਾ ਕਰ ਸਕਦਾ। ਮੈਂ ਇੱਕ ਤਾਕਤ ਕੀ ਹੈ ਮੈਨੂੰ ਸਮਝ ਨਹੀਂ ਆ ਰਿਹਾ, ਮਤਲਬ ਉਹਦਾ ਮੈਂ ਕੀ ਕਰਾਂਗਾ। ਮੈਂ ਤਾਂ ਇੰਨੇ ਸਾਲ ਸੀ, ਕਦੇ ਕੋਈ ਗਨਮੈਨ ਨਹੀਂ ਦੇਖਣਾ ਤੁਸੀਂ ਮੇਰੇ ਨਾਲ। ਮੈਂ ਤਾਂ ਤੁਹਾਨੂੰ ਕਿੰਨੇ ਹੋਰ ਚੀਜ਼ਾਂ ਦੱਸਦਾ ਨਾ, ਕਿੰਨੇ ਸਰਕਾਰੀ ਅਤੇ ਪਾਰਟੀ ਦੇ ਇਵੈਂਟਾਂ ਤੋਂ ਬਾਅਦ ਮੈਂ ਰੋਡਵੇਜ਼ ਦੀ ਬੱਸ ਚੜ ਕੇ ਜਾਂਦਾ, ਕਿਉਂਕਿ ਸਿੱਖਣ ਨੂੰ ਮਿਲ ਜਾਂਦਾ, ਕੋਈ ਸਮਝਣ ਨੂੰ ਮਿਲ ਜਾਂਦਾ। ਆਮ ਆਟੋ ਫੜ ਲਈਦਾ, ਕਿਤੇ ਵੀ ਚਲੇ ਜਾਈਦਾ। ਮੈਂ ਸਾਈਕਲ ਰੱਖਿਆ ਸੀ, ਹੁਣ ਪੰਚਰ ਹੋਇਆ ਪਿਆ, ਠੀਕ। ਕੋਈ ਯਾਰ ਮੇਰੇ ਫਾਦਰ ਖੇਤੀ ਕਰ ਰਹੇ, ਤੁਹਾਨੂੰ ਦੱਸਿਆ ਮੈਂ 10 ਸਾਲ MLA ਰਹਿਣ ਤੋਂ ਪਿੰਡ ਰਹਿ ਰਿਹਾ, ਖੇਤੀ ਕਰ ਰਿਹਾ। ਇਹ ਤਾਂ ਸਾਡੇ ਸਾਰਿਆਂ ਦੀ ਲੜਾਈ ਹੈ, ਇਹ ਲੜਾਈ ਦੀ ਤਾਂ ਮੇਰੀ ਜਰਨੀ ਹੈ, ਸ਼ੁਰੂ ਹੋਈ ਹੈ। ਮੈਂ ਐਵੇਂ ਤੁਹਾਨੂੰ ਇੰਨੀ ਗੱਲ ਦੱਸਦਾ, ਦੇਸ਼ ਵਾਸਤੇ ਖੇਲਣਾ ਛੱਡ ਕੇ ਨਹੀਂ ਆਇਆ, ਐਂ ਆਪਣੀ ਸੈਂਟਰ ਦੀ ਨੌਕਰੀ ਛੱਡ ਕੇ ਨਹੀਂ ਆਇਆ। ਇਹ ਲੜਾਈ ਹਜੇ ਸ਼ੁਰੂ ਹੋਈ ਹੈ,
हजे तो अगे देखो होता क्या। वेरी एक्साइटेड की होने वाला है इसमें। मेरा लास्ट जो क्वेश्चन ये एक एक्चुअली रिक्वेस्ट है कि यू नो इफ यू कैन टेल कि हाउ ऑल ऑफ अस कैन कॉन्ट्रीब्यूट टू योर विजन, या फिर यू नो व्हाट वुड बी योर एडवाइस टू एवरीवन हु इज वाचिंग कि जो जो तुम विजन दिखाई है अपनी हाउ कैन वी कॉन्ट्रीब्यूट। देखो मैं पंजाब के हर यूथ नू ये कहना चाहूँगा कि आप हल्ला शेरी चक देंगे तर देंगे बंदूकों तलवारां गैंगस्टर इन्हां तो बचिए। आपां साड़ी बेरोज़गारी साढ़े माँ बाप की जो हालत है साड़ी किसानी की जो हालत है साढ़े व्यापार की जो हालत है आप हल किवें कढ़ने उस दी लड़ाई लड़िए। ये साढ़े सारे की लड़ाई है, ये थोड़ी भी लड़ाई है मेरी भी लड़ाई है, कोई भी पार्टी सरकार च है कोई पार्टी सरकार तो बाहर है, ये अपने सारे की लड़ाई है। आप सारे चुप रह के भी राजनीति चा आप सारे राजनीति करके भी राजनीति चा मेरे पल्ले जो होएगा मैं जिन्ने जोगा होऊंगा थोनू इन्ना जरूर महसूस होएगा कि जिस तरह मैं पहले काम कर रहा सीगा पहले मैं पिछे बैठ के काम कर रहा किसी को पता नहीं चल रहा सीगा तो हूँ थोड़ा थोड़ा पता चल जाया करेगा ड्राइवर सीट पर हूँ ड्राइवर सीट पर थोड़ा पता चल जाया करेगा। पर मेरा जो दिन है मैं वो यही लभ रहा कि पंजाब दी मुश्किलां की ने उन्हें चंगे हल की ने लोगों किमें जाना है किमें विचरना कि मुश्किलों को समझना उन्होंने की हल कढ़ने ने ये हल कढ़ने बड़े जरूरी ने कलियां मुश्किलों के नारे देने जरूरी नहीं है। खेती कानून आप हरा लेने हूँ आप पंजाब की किसानी जिताई है कली दिल्ली के खिलाफ लड़के किसानी नहीं जितनी पंजाब की एग्रीकल्चर इज स्टेट सब्जेक्ट पंजाब की सरकार MSP भी दे सकती है कोल्ड स्टोरेज भी बना सकती है कोई कानून भी बदल सकती है पंजाब की सरकार लोगों को किसानी का हक भी दे सकती है उपज बढ़ाने दी पॉलिसियां भी लेके आ सकती है पानी बचाने दी पॉलिसियां भी लेके आ सकती है डिवर्सीफिकेशन भी करा सकती है दालों ते तेल बीजा ते सब्जियां ते फ्रूटा ते सरकार कोई भी सुविधा किसानों दे सकती है। साडा व्यापारी पंजाब छड़ के क्यों भज रहा है असीं इहदा हल करिए बल्कि यह छड़िए कि बाहरला किवें आऊगा साडी जवानी नूं रोज़गार किवें देना है साडे सरकार दे हत्थ है। मैं उम्मीद करदा सरकार इस नूं करेगी माफिया राज नूं खत्म करेगी निजी जेबां जा रहा पैसा सरकार दी जेब च आऊगा सरकार उहनूं डिवेलपमेंट ते लगाएगी उस कम की पहरेदारी करांगे अपने सारे दी हक्कां वास्ते लड़ाई लड़ांगे। I'll be following your journey very closely, Smith. Thank you, brother. And thank you so much for your time, Smith. बहुत ही अगेन मैं नहीं देखा है मेरा पॉलिटिशियन जो है ना डीपली प्रॉब्लम्स नू दे साइकोलॉजी ऑफ द पीपल लिविंग इन पंजाब ने समझदा है। अप्रिशिएटिंग ऑल यू हैव डन फॉर पंजाब थैंक यू फॉर योर सर्विस एंड वेरी एक्साइटेड वेरी लुक फॉरवर्ड टू वॉट एवर यू हैव इन द स्टोर फॉर पंजाब। थैंक यू सो मच। थैंक यू ब्रदर अमेजिंग मीटिंग।